ਸਤਿ ਸ੍ਰੀ ਅਕਾਲ ਜੀ, ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਸਟੀ ਬਾਈ ਪੰਜਾਬ ਦੇ ਉੱਤੇ। ਜਿਵੇਂ ਕਿ ਆਪ ਸਭ ਜੀ ਨੂੰ ਪਤਾ, ਆਪਾਂ ਇੱਥੇ P++ ਬੋਰਡ ਕਲਰਕ ਕਲਰਕ IT ਤੇ ਕਲਰਕ ਅਕਾਊਂਟ ਵਾਸਤੇ ਕੰਪਿਊਟਰ ਕਰ ਰਹੇ ਹਾਂ। ਅੱਜ ਲੈ ਕੇ ਆਏ ਹਾਂ ਜੀ ਨੈਕਸਟ ਪਾਰਟ, ਕੰਪਿਊਟਰ ਮੈਮਰੀ। ਕੰਪਿਊਟਰ ਮੈਮਰੀ ਰਾਜੇ ਕਾਫੀ ਇੰਪੋਰਟੈਂਟ ਟੌਪਿਕ ਹੈ, ਇਹਦੇ ਵਿੱਚੋਂ ਘੱਟੋ ਘੱਟ 2 ਜਾਂ 3 ਕੁਸ਼ਚਨ ਬਣ ਕੇ ਆਉਂਦੇ ਆ। ਤੇ ਇਸ ਤੋਂ ਪਹਿਲਾਂ ਵੀ ਮੈਂ ਕਾਫੀ ਵਾਰੀ ਕਰਵਾ ਚੁੱਕਿਆ ਇਹ ਟੌਪਿਕ, ਬਟ ਕੁਛ ਨਾ ਹਰੇਕ ਵਾਰੀ ਜਦੋਂ ਆਪਾਂ ਪੜ੍ਹਦੇ ਹਾਂ, ਚਾਹੇ ਸੇਮ ਚੀਜ਼ ਹੀ ਪੜ੍ਹੀਏ, ਕੋਈ ਨਾ ਕੋਈ ਨਵੀਂ ਚੀਜ਼ ਨਿਕਲ ਕੇ ਆਉਂਦੀ ਹੈ। ਤੇ ਸਫੀਸ਼ੀਐਂਟ ਨੇ ਜੇ ਤੁਸੀਂ ਪਹਿਲਾਂ ਵਾਲੀਆਂ ਵੀਡੀਓ ਵੀ ਦੇਖੀਆਂ ਹੋਈਆਂ, ਬਟ ਇਹਦੇ ਵਿੱਚ ਮੈਂ ਕੁਛ ਨਵੀਆਂ ਚੀਜ਼ਾਂ ਵੀ ਕਰਵਾਊਂਗਾ ਜਿਹੜੀਆਂ ਕਿ P++ ਬੋਰਡ ਵੱਲੋਂ ਪੁੱਛੀਆਂ ਗਈਆਂ ਸੀਗੀਆਂ, ਚਾਹੇ ਉਹ ਜੇਲ੍ਹ ਵਾਰਡਨ ਦਾ ਪੇਪਰ ਸੀਗਾ ਜਾਂ ਫਿਰ ਤੁਹਾਡਾ ਕੋਈ ਹੋਰ ਪੇਪਰ ਹੋਇਆ ਜਿਹੜਾ ਕਿ P++ ਬੋਰਡ ਨੇ ਲਿਆ। ਤੇ ਇਸ ਕਰਕੇ ਜੇ ਤੁਸੀਂ ਨਵੀਂ ਸੀਰੀਜ਼ ਦੇਖ ਲੈਂਦੇ ਹੋ ਤਾਂ ਵੈਲ ਐਂਡ ਗੁੱਡ ਹੈ, ਕਿਉਂਕਿ ਇੱਥੋਂ ਪੂਰੇ ਪੂਰੇ ਚਾਂਸ ਹੈ ਵੀ ਆਪਾਂ ਕੋਈ ਵੀ ਚੀਜ਼ ਨਹੀਂ ਛੱਡ ਕੇ ਜਾ ਰਹੇ, ਸਭ ਕੁਝ ਕਵਰ ਕਰਕੇ ਜਾ ਰਹੇ ਹਾਂ। ਤੇ ਬਾਕੀ ਇਸ ਤੋਂ ਪਹਿਲਾਂ ਇੱਕ ਮੈਂ ਵੀਡੀਓ ਪਾਈ ਸੀ ਬੇਟੇ ਕਲਰਕ IT ਵਾਲੇ, ਚਿੰਤਾ ਨਾ ਕਰੋ, ਉਹਦੀ ਪੈਰਲਲ ਮੈਂ ਸ਼ਾਮ ਨੂੰ ਇੱਕ ਵੀਡੀਓ ਦਿਆ ਕਰੂੰਗਾ, ਤੇ ਇਹ ਵੀ ਮੈਂ ਵੀਡੀਓ ਦੀ ਲੈਂਥ ਤੁਹਾਨੂੰ ਵਧਾਵਾਂਗਾ, ਘੰਟੇ ਦੀ 1 ਘੰਟੇ ਤੋਂ ਪਲੱਸ ਕਰ ਦਾਂਗੇ ਆਪਾਂ ਵੀਡੀਓ ਦੀ ਲੈਂਥ। ਤਾਂ ਕਹਿਣ ਦਾ ਮਤਲਬ ਕਿ ਆਪਾਂ 10 ਦਿਨਾਂ ਦੇ ਵਿੱਚ ਪੂਰੀ ਕੋਸ਼ਿਸ਼ ਕਰਾਂਗੇ ਕਿ ਸਾਰਾ ਸਿਲੇਬਸ ਖਤਮ ਹੋ ਜਾਏ। ਕਲਰਕ ਦਾ ਤਾਂ ਰਾਜੇ, ਕਲਰਕ ਤੇ ਕਲਰਕ ਅਕਾਊਂਟ ਦਾ ਤਾਂ ਆਰਾਮ ਨਾਲ 10 ਦਿਨਾਂ ਦੇ ਵਿੱਚ ਹੋ ਜਾਊਗਾ, ਪਰ ਜਿਹੜਾ IT ਵਾਲਾ ਹੈਗਾ ਉਹ 10 ਤੋਂ 12 ਦਿਨ ਲੱਗ ਸਕਦੇ ਆ। ਪਰ ਆਪਾਂ ਪੈਰਲਲੀ ਉਹ ਕੀ ਕਰਾਂਗੇ, ਸਟਾਰਟ ਕਰ ਦਾਂਗੇ, ਚਿੰਤਾ ਨਹੀਂ ਕਰਨੀ। ਤੇ ਬਾਕੀ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਸਟਾਰਟ ਕਰਦੇ ਆ ਜੀ ਕੰਪਿਊਟਰ ਮੈਮਰੀ। ਹੁਣ ਦੇਖੋ, ਅਗਰ ਮੈਂ ਗੱਲ ਕਰਾਂ ਵਰਡ ਮੈਮਰੀ ਦੀ, ਮੈਮਰੀ ਕੀ ਚੀਜ਼ ਹੁੰਦੀ ਹੈ ਬੇਟੇ? ਤੁਸੀਂ ਸਾਰੇ ਹੁਣ ਦੇਖੋ, ਬਚਪਨ ਤੋਂ ਲੈ ਕੇ ਹੁਣ ਤੱਕ ਜਿੰਨੀ ਵੀ ਤੁਹਾਡੀ ਉਮਰ ਹੈਗੀ ਹੈ, ਆਪਣੀਆਂ ਕੁਛ ਖੱਟੀਆਂ ਮਿੱਠੀਆਂ ਯਾਦਾਂ ਹੋਣਗੀਆਂ ਜਿਹੜੀਆਂ ਕਿ ਆਪਾਂ ਨੂੰ ਯਾਦ ਨੇ, ਕੁਛ ਗੱਲਾਂ ਆਪਾਂ ਨੂੰ ਯਾਦ ਨੇ, ਕੁਛ ਨਹੀਂ ਯਾਦ ਹੈਗੀਆਂ। ਤੇ ਹੁਣ ਕੁਛ ਗੱਲਾਂ ਜਿਹੜੀਆਂ ਆਪਾਂ ਨੂੰ ਯਾਦ ਹੈਗੀਆਂ ਰਾਜੇ, ਉਹ ਕੀ ਹੋ ਗਈ? ਇਨਸਾਨ ਦੀ ਮੈਮਰੀ ਹੋ ਗਈ। ਕਹਿਣ ਦਾ ਮਤਲਬ ਕਿ ਚਾਹੇ ਉਹ ਗੱਲ ਕਿੰਨੀ ਮਰਜ਼ੀ ਪੁਰਾਣੀ ਹੋ ਜਾਵੇ, ਪਰ ਆਪਾਂ ਨੂੰ ਯਾਦ ਰਹਿੰਦੀ ਹੈ। ਉਹ ਕਿਉਂ ਯਾਦ ਰਹਿੰਦੀ ਹੈ? ਕਿਉਂਕਿ ਆਪਣੇ ਦਿਮਾਗ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਉਹ ਸਟੋਰ ਹੋ ਰੱਖੀ ਹੈ। ਤੇ ਉਵੇਂ ਰਾਜੇ ਕੰਪਿਊਟਰ ਦੇ ਵਿੱਚ ਵੀ ਕੋਈ ਚੀਜ਼ ਹੁੰਦੀ ਹੈ, ਮਤਲਬ ਕਿ ਕੋਈ ਕੰਪੋਨੈਂਟ ਹੁੰਦਾ ਹੈ ਜਿਹਦੇ ਵਿੱਚ ਆਪਾਂ ਕੋਈ ਚੀਜ਼ ਸਟੋਰ ਕਰ ਸਕਦੇ ਹਾਂ, ਪਰਮਾਨੈਂਟ ਵੀ ਕਰ ਸਕਦੇ ਹਾਂ, ਟੈਂਪਰੇਰੀਲੀ ਵੀ ਕਰ ਸਕਦੇ ਹਾਂ, ਤਾਂ ਇਸ ਚੀਜ਼ ਨੂੰ ਮੈਮਰੀ ਕਹਿੰਦੇ ਆ। ਠੀਕ ਹੈ ਜੀ। ਤੇ ਇਸ ਤੋਂ ਬਾਅਦ ਆਪਾਂ ਅੱਗੇ ਵੱਧਦੇ ਹਾਂ ਰਾਜੇ, ਮੈਮਰੀ ਬਾਰੇ ਕੋਈ ਜ਼ਿਆਦਾ ਮਤਲਬ ਕਿ ਇਹ ਸਭ ਨੂੰ ਪਤਾ ਹੀ ਹੋਊਗਾ, ਜਿਹੜੀ ਮੇਨ ਚੀਜ਼ ਪੇਪਰ ਦੇ ਵਿੱਚ ਪੁੱਛੀ ਜਾਂਦੀ ਤੁਹਾਨੂੰ ਮੈਂ ਉਹ ਦੱਸਦਾ। ਮੈਮਰੀ ਬਾਰੇ ਜੋ ਲਿਖਿਆ ਹੋਇਆ ਤੁਸੀਂ ਇਹਨੂੰ ਪਾਊਜ਼ ਕਰਕੇ ਪੜ੍ਹ ਸਕਦੇ ਹੋ। ਠੀਕ ਹੈ ਜੀ, ਕਲੀਅਰ ਹੈ? ਅੱਗੇ ਚੱਲਦੇ ਹਾਂ ਜੀ ਮੇਨ ਚੀਜ਼। ਹੁਣ ਦੇਖੋ ਜੀ, ਜਿਹੜਾ ਕੰਪਿਊਟਰ ਦੀ ਮੈਮਰੀ ਹੈਗੀ ਆ ਉਹ ਵੀ ਬਿਲਕੁਲ ਲਾਈਕ ਜਿਵੇਂ ਕਹਿੰਦਾ ਹਿਊਮਨ ਬ੍ਰੇਨ ਹੈ, ਤੁਹਾਨੂੰ ਮੈਂ ਦੱਸ ਚੁੱਕਿਆ ਵੀ ਜਿਵੇਂ ਆਪਣੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਚੀਜ਼ ਸਟੋਰ ਹੁੰਦੀ ਹੈ, ਉਵੇਂ ਕੰਪਿਊਟਰ ਦੇ ਵਿੱਚ ਮੈਮਰੀ ਹੁੰਦੀ ਹੈ। ਠੀਕ ਹੈ। ਤੇ ਹੁਣ ਇਹ ਸਟੋਰ ਕੀ ਕਰਦੀ ਹੈ ਰਾਜੇ, ਇਹ ਗੱਲ ਦਾ ਖਾਸ ਧਿਆਨ ਰੱਖਣਾ, ਇਹ ਸਟੋਰ ਕਰਦੀ ਹੈ ਡਾਟਾ ਪਲੱਸ ਇਨਸਟਰਕਸ਼ਨ ਸਟੋਰ ਕਰਦੀ ਹੈ। ਹੁਣ ਡਾਟਾ ਕੀ ਚੀਜ਼ ਹੁੰਦੀ ਹੈ? ਡਾਟਾ ਹੁੰਦਾ ਬੇਟੇ ਇੱਕ ਰੋ ਮਟੀਰੀਅਲ ਹੁੰਦਾ। ਜਿਵੇਂ ਮੰਨ ਲਓ ਤੁਸੀਂ ਕਿਸੇ ਕਾਲਜ ਦੇ ਵਿੱਚ ਜਾਂ ਕਿਸੇ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਕਰਾਉਣ ਗਏ, ਤੁਸੀਂ ਉੱਥੇ ਜਾ ਕੇ ਆਪਣਾ ਨਾਮ ਦੱਸਿਆ, ਆਪਣਾ ਫਾਦਰ ਨਾਮ ਦੱਸਿਆ, ਪਿੰਡ ਦਾ ਐਡਰੈਸ ਦੱਸਿਆ, ਪੁਰਾਣੀ ਜਿਹੜੀ ਕਲਾਸ ਪੜ੍ਹ ਕੇ ਆਏ ਹੋ ਉਹਦੇ ਵਿੱਚ ਕਿੰਨੀ ਪਰਸੈਂਟੇਜ ਆ, ਇਹ ਦੱਸੀ, ਇਹ ਸਾਰਾ ਡਾਟਾ ਹੈ। ਤਾਂ ਡਾਟਾ ਪ੍ਰੋਸੈਸਿੰਗ ਤੋਂ ਬਾਅਦ ਕੀ ਬਣ ਜਾਂਦਾ? ਇਨਫੋਰਮੇਸ਼ਨ ਬਣ ਜਾਂਦਾ। ਉਹ ਇੱਕ ਵੱਖਰਾ ਟੌਪਿਕ ਆਪਾਂ ਬਾਅਦ ਚ ਕਰਾਂਗੇ। ਡਾਟਾ ਕੀ ਹੋ ਗਿਆ? ਇੱਕ ਰੋ ਮਟੀਰੀਅਲ ਹੋ ਗਿਆ। ਤੇ ਇਨਸਟਰਕਸ਼ਨ ਕੀ ਹੁੰਦੀਆਂ ਨੇ? ਹੁਣ ਇਨਸਟਰਕਸ਼ਨ ਜਿਵੇਂ ਆਪਾਂ ਮੰਨ ਲਓ ਏਟੀਐਮ ਦੇ ਵਿੱਚ ਜਾਂਦੇ ਹਾਂ, ਏਟੀਐਮ ਚ ਆਪਾਂ ਆਪਣਾ ਕਾਰਡ ਇਨਸਰਟ ਕਰਦੇ ਹਾਂ, ਆਪਣੀ ਇਨਫੋਰਮੇਸ਼ਨ ਆ ਜਾਂਦੀ ਹੈ ਵੀ ਫਲਾਨੇ ਬੰਦੇ ਦਾ ਨਾਮ ਹੈ, ਇਹਦੇ ਅਕਾਊਂਟ ਚ ਇੰਨੇ ਪੈਸੇ ਹੈ, ਆਪਾਂ ਪੈਸੇ ਕਢਵਾ ਸਕਦੇ ਹਾਂ, ਮਿੰਨੀ ਸਟੇਟਮੈਂਟ ਕਢਵਾ ਸਕਦੇ ਹਾਂ। ਉਹ ਕੀ ਹੋ ਗਈਆਂ? ਇਨਸਟਰਕਸ਼ਨਸ ਹੋ ਗਈਆਂ ਜਿਹੜੀਆਂ ਕਿ ਕੰਪਿਊਟਰ ਫੋਲੋ ਕਰਦਾ ਤੇ ਉਹ ਵਰਕ ਕਰਦਾ ਉਸ ਇਨਸਟਰਕਸ਼ਨ ਦੇ ਉੱਪਰ। ਰਾਈਟ ਹੈ ਜੀ। ਜਿਹਨੂੰ ਆਪਾਂ ਜੇ ਟੈਕਨੀਕਲ ਭਾਸ਼ਾ ਚ ਗੱਲ ਕਰੀਏ, ਕੰਪਿਊਟਰ ਦੀ ਭਾਸ਼ਾ ਚ ਗੱਲ ਕਰੀਏ, ਤੁਹਾਨੂੰ ਕਹਿ ਦਿੰਦੇ ਆ ਜੀ ਪ੍ਰੋਗਰਾਮ ਕਹਿ ਦਿੰਦੇ ਆ ਜਾਂ ਸੋਫਟਵੇਅਰ ਕਹਿ ਦਿੰਦੇ ਆ। ਠੀਕ ਹੈ, ਉਹ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ। ਹੁਣ ਅੱਗੇ ਗੱਲ ਕਰਦੇ ਹਾਂ ਰਾਜੇ, ਜਿਹੜੀ ਕੰਪਿਊਟਰ ਦੀ ਮੈਮਰੀ ਹੈਗੀ ਹੈ ਬੇਸਿਕਲੀ ਇਹ ਡਿਵਾਈਡ ਕੀਤੀ ਗਈ ਹੈ 2 ਗਰੁੱਪ ਦੇ ਵਿੱਚ ਕੀਤੀ ਗਈ ਹੈ। ਇੱਕ ਪਹਿਲੀ ਜਿਹੜੀ ਹੁੰਦੀ ਹੈ ਰਾਜੇ, ਉਹਨੂੰ ਕਹਿ ਦਿੰਦੇ ਆ ਪ੍ਰਾਇਮਰੀ ਮੈਮਰੀ ਜਾਂ ਫਿਰ ਉਹਨੂੰ ਕਹਿ ਦਿੰਦੇ ਆ ਜੀ ਵੋਲੇਟਾਈਲ ਮੈਮਰੀ। ਹੁਣ ਸ਼ਬਦ ਵੋਲੇਟਾਈਲ ਦਾ ਮਤਲਬ ਕੀ ਆ, ਮੈਂ ਅੱਗੇ ਜਾ ਕੇ ਸਮਝਾਉਣਾ ਤੁਹਾਨੂੰ, ਇਹ ਡਿਟੇਲ ਚ ਪੜਾਂਗੇ। ਇਹ ਸ਼ਬਦ ਬਹੁਤ ਇੰਪੋਰਟੈਂਟ ਹੈ ਜੇ ਤੁਸੀਂ ਮੈਮਰੀ ਬਾਰੇ ਪੜ ਰਹੇ ਹੋ। ਸੈਕੰਡ ਹੁੰਦੀ ਹੈ ਰਾਜੇ ਸੈਕੰਡਰੀ ਮੈਮਰੀ, ਤੇ ਜਿਹਨੂੰ ਕਹਿ ਦਿੰਦੇ ਆ ਜੀ ਨਾਨ ਵੋਲੇਟਾਈਲ ਮੈਮਰੀ। ਤੇ ਇੱਕ ਵਰਡ ਹੁੰਦਾ ਰਾਜੇ ਸਟੋਰੇਜ। ਹੁਣ ਬਹੁਤੇ ਬੱਚਿਆਂ ਨੂੰ ਮੈਮਰੀ ਤੇ ਸਟੋਰੇਜ ਦੇ ਵਿੱਚ ਫਰਕ ਨਹੀਂ ਪਤਾ ਹੁੰਦਾ, ਪਰ ਤੁਹਾਨੂੰ ਸਾਰਿਆਂ ਨੂੰ ਸ਼ਾਇਦ ਪਤਾ ਹੋਊਗਾ ਕਿਉਂਕਿ ਤੁਸੀਂ ਪਹਿਲਾਂ ਮੇਰੇ ਤੋਂ ਹੀ ਪੜ੍ਹੇ ਹੋਏ ਹੋ। ਤੇ ਪਰ ਫਿਰ ਵੀ ਇਹ ਫਰਕ ਜਾਣਨਾ ਬੜਾ ਜ਼ਰੂਰੀ ਹੈ, ਕਈ ਵਾਰੀ ਕੁਐਸਚਨ ਪੁੱਛ ਲੈਂਦੇ ਆ। ਵੈਸੇ ਤਾਂ 19-21 ਦਾ ਫਰਕ ਹੈ, ਬਟ ਫਿਰ ਵੀ ਜਿਹੜਾ 19-21 ਦਾ ਫਰਕ ਹੈ ਉਹ ਜਾਣਨਾ ਵੀ ਬਹੁਤ ਜ਼ਰੂਰੀ ਹੈ। ਅੱਗੇ ਜਾ ਕੇ ਦੇਖਦੇ ਆਪਾਂ। ਹੁਣ ਦੇਖੋ ਰਾਜੇ, ਜਿਹੜੀ ਮੈਮਰੀ ਹੁੰਦੀ ਹੈ ਤੇ ਇੱਕ ਹੁੰਦੀ ਹੈ ਜੀ ਸਟੋਰੇਜ, ਦੋਵਾਂ ਦੇ ਵਿਚਕਾਰ ਫਰਕ ਕੀ ਹੈ? ਮੈਮਰੀ ਕੰਪਿਊਟਰ ਦੇ ਵਿੱਚ ਉਸ ਚੀਜ਼ ਨੂੰ ਕਿਹਾ ਜਾਂਦਾ ਹੈ ਜਿਹਦੇ ਵਿੱਚ ਕੁਛ ਦੇਰ ਵਾਸਤੇ ਕੋਈ ਚੀਜ਼ ਸਟੋਰ ਹੁੰਦੀ ਹੈ। ਠੀਕ ਹੈ,
ਮਤਲਬ ਕਿ ਸ਼ਾਰਟ ਟਰਮ ਵਾਸਤੇ ਸ਼ਾਰਟ ਟਾਈਮ ਪੀਰੀਅਡ ਵਾਸਤੇ ਕੋਈ ਚੀਜ਼ ਸਟੋਰ ਹੁੰਦੀ ਹੈ ਉਹਨੂੰ ਕਹਿ ਦਿੰਦੇ ਆ ਜੀ ਮੈਮਰੀ। ਸਟੋਰੇਜ ਹੁੰਦੀ ਹੈ ਜੀ, ਜਿਵੇਂ ਮੰਨ ਲਓ ਜਿਹਦੇ ਵਿੱਚ ਪਰਮਾਨੈਂਟ ਕੋਈ ਚੀਜ਼ ਸਟੋਰ ਕਰਤੀ, ਮੈਂ ਅੱਜ ਸਟੋਰ ਕਰਤੀ, ਮੈਂ 10 ਦਿਨ ਬਾਅਦ ਖੋਲੂਗਾ ਉੱਥੇ ਪਈ ਹੋਊਗੀ ਫਾਈਲ, ਮੈਂ 20 ਦਿਨ ਬਾਅਦ ਖੋਲੂਗਾ ਫਾਈਲ ਪਈ ਹੋਊਗੀ। ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ ਮੋਬਾਈਲ ਦੀ, ਕਿਉਂਕਿ ਸਾਰਿਆਂ ਦੇ ਹੱਥ ਦੇ ਵਿੱਚ ਕੀ ਹੋਊਗਾ, ਮੋਬਾਈਲ ਹੋਊਗਾ। ਆਪਾਂ ਕੀ ਕਰਦੇ ਹਾਂ ਜੀ, ਆਪਾਂ ਜਾਂਦੇ ਹਾਂ ਮਾਰਕੀਟ ਦੇ ਵਿੱਚ, ਆਪਾਂ ਕਹਿ ਦਿੰਦੇ ਹਾਂ ਜੀ ਇਸ ਤਾਂ ਜੀ 64 GB ਵਾਲਾ ਮੋਬਾਈਲ ਲੈਣਾ। ਕੋਈ ਕਹਿੰਦਾ ਜੀ ਮੈਂ ਤਾਂ 128 GB ਵਾਲਾ ਮੋਬਾਈਲ ਲੈਣਾ, ਕੋਈ ਕਹਿੰਦਾ ਜੀ ਮੈਂ 32 GB ਵਾਲਾ ਮੋਬਾਈਲ ਲੈਣਾ। ਜਿਹੜੀ ਰਾਜੇ 64 GB ਹੈ, 32 GB, 128 GB ਹੈ, ਮੈਮਰੀ ਨਹੀਂ ਹੁੰਦੀ ਗੀ, ਇਹ ਹੁੰਦੀ ਹੈ ਜੀ ਸਟੋਰੇਜ। ਕਿਉਂਕਿ ਜਿਹੜੀ ਸਪੀਡ ਹੈ ਮੋਬਾਈਲ ਦੀ ਜਾਂ ਕੰਪਿਊਟਰ ਦੀ, ਉਹ ਡਿਪੈਂਡ ਕਰਦੀ ਹੈ ਮੈਮਰੀ ਦੇ ਉੱਪਰ, ਜਿਹਨੂੰ ਕਹਿ ਦਿੰਦੇ ਆ ਜੀ ਰੈਮ ਜਾਂ ਪ੍ਰਾਇਮਰੀ ਮੈਮਰੀ ਕਹਿ ਦਿੰਦੇ ਆ। ਤੇ ਇਹ ਸਟੋਰੇਜ ਹੁੰਦੀ ਹੈ ਜਿਹਦੇ ਵਿੱਚ ਆਪਾਂ ਆਪਣੀਆਂ ਫੋਟੋਆਂ, ਆਪਣੀਆਂ ਵੀਡੀਓਜ਼, ਆਪਣੀਆਂ ਫਾਈਲਾਂ ਸਟੋਰ ਕਰਕੇ ਰੱਖਦੇ ਹਾਂ। ਤੇ ਤੁਸੀਂ ਮੰਨ ਲਓ ਅੱਜ ਕੋਈ ਸੈਲਫੀ ਖਿੱਚੀ ਹੈ, 20 ਦਿਨ ਬਾਅਦ ਦੇਖੋਗੇ ਸੈਲਫੀ ਪਈ ਰਹੂਗੀ, ਠੀਕ ਹੈ, 40 ਦਿਨ ਬਾਅਦ ਦੇਖੋਗੇ ਤਾਂ ਵੀ ਪਈ ਰਹੂਗੀ, ਜਿੰਨੀ ਦੇਰ ਆਪਾਂ ਉਹਨੂੰ ਡਿਲੀਟ ਨਹੀਂ ਕਰਦੇ ਜਾਂ ਕੋਈ ਫਾਈਲ ਕਰਪਟ ਨਹੀਂ ਹੋ ਜਾਂਦੀ। ਤਾਂ ਐ ਸਮਝ ਲਓ ਵੀ ਜਿਹੜੀ ਚੀਜ਼ ਪਰਮਾਨੈਂਟ ਸਟੋਰ ਹੋਗੀ ਉਹ ਹੋਗੀ ਜੀ ਸਟੋਰੇਜ, ਤੇ ਜਿਹਦੇ ਵਿੱਚ ਕੁਝ ਦੇਰ ਵਾਸਤੇ ਕੋਈ ਚੀਜ਼, ਠੀਕ ਹੈ, ਆਈ ਹੈ, ਕੰਮ ਕਰਨ ਤੋਂ ਬਾਅਦ ਉਹ ਚੀਜ਼ ਚਲੀ ਗਈ, ਉਹਨੂੰ ਕਹਿ ਦਿੰਦੇ ਆ ਜੀ ਮੈਮਰੀ, ਜਿਹਦੇ ਵਿੱਚ ਕੀ ਐ ਕਹਿ ਲਓ ਵੀ ਘੱਟ ਟਾਈਮ ਵਾਸਤੇ ਕੋਈ ਚੀਜ਼ ਸਟੋਰ ਕਰਦੇ ਆ। ਹੁਣ ਇਹਦੀ ਐਗਜ਼ਾਮਪਲ ਮੈਂ ਹੋਰ ਦੱਸ ਦਿੰਦਾ, ਹੋਰ ਸਮਝਾ ਦਿੰਦਾ ਡਿਟੇਲ ਦੇ ਵਿੱਚ, ਮੈਂ ਤਾਂ ਜ਼ੋਰ ਦੇ ਰਿਹਾ, ਕੁਐਸਚਨ ਆਇਆ ਸੀਗਾ, ਬੱਚੇ ਗਲਤ ਕਰਕੇ ਆਏ ਸੀ। ਹੁਣ ਮੰਨ ਲਓ ਤੁਹਾਡੀ ਸਕਰੀਨ ਤੇ ਕੀ ਚੱਲ ਰਹੀ ਹੈ, ਮੇਰੀ ਵੀਡੀਓ ਚੱਲ ਰਹੀ ਹੈ, ਤੁਹਾਡੇ ਦਿਮਾਗ ਦੇ ਵਿੱਚ ਕੀ ਚੱਲ ਰਿਹਾ ਹੋਊਗਾ, ਤੁਸੀਂ ਪੜ੍ਹ ਰਹੇ ਹੋ ਮੈਮਰੀ ਤੇ ਸਟੋਰੇਜ ਦੇ ਬਾਰੇ, ਠੀਕ ਹੈ। ਤਾਂ ਕਰੰਟਲੀ ਤੁਸੀਂ ਕੀ ਸੋਚ ਰਹੇ ਹੋ ਵੀ ਮੈਂ ਕੰਪਿਊਟਰ ਦਾ ਟੌਪਿਕ ਪੜ੍ਹ ਰਿਹਾ, ਇਹ ਤਾਂ ਤੁਹਾਡੀ ਮੈਮਰੀ ਹੋ ਗਈ, ਬਟ ਤੁਹਾਡੇ ਦਿਮਾਗ ਦੇ ਵਿੱਚ ਹੋਰ ਗੱਲਾਂ ਵੀ ਸਟੋਰ ਹੋਣਗੀਆਂ, ਤੁਹਾਡੀਆਂ ਪੁਰਾਣੀਆਂ ਯਾਦਾਂ ਸਟੋਰ ਹੋਣਗੀਆਂ, ਤੁਸੀਂ ਇਹ ਵੀ ਸੋਚਦੇ ਹੋਵੋਗੇ ਕਿ ਸਟੋਰ ਹੋਊਗਾ ਤੁਹਾਡੇ ਦਿਮਾਗ ਦੇ ਵਿੱਚ ਕਿ ਮੈਂ ਫਲਾਣਾ ਸਬਜੈਕਟ ਪੜ੍ਹਨਾ ਹੈ, ਉਹ ਪੜ੍ਹ ਚੁੱਕਿਆ, ਉਹ ਸਾਰਾ ਕੁਝ ਮੈਨੂੰ ਆਉਂਦਾ ਹੈ, ਮੈਨੂੰ ਪੋਲਿਟੀ ਆਉਂਦੀ ਹੈ, ਮੈਨੂੰ ਪੰਜਾਬ ਜੀਕੇ ਆਉਂਦੀ ਹੈ, ਉਹ ਸਟੋਰੇਜ ਹੋਗੀ। ਤਾਂ ਕਰੰਟਲੀ ਜਿਹਦੇ ਉੱਪਰ ਆਪਾਂ ਕੰਮ ਕਰ ਰਹੇ ਹਾਂ, ਜਿਹੜੀ ਚੀਜ਼ ਆਪਣੇ ਦਿਮਾਗ 'ਚ ਚੱਲ ਰਹੀ ਹੈ ਉਹ ਮੈਮਰੀ ਹੋਗੀ, ਤੇ ਜਿਹੜੀ ਸਟੋਰ ਹੋਈ ਵੀ ਹੈ ਉਹ ਹੋਗੀ ਜੀ ਸਟੋਰੇਜ ਹੋਗੀ। ਕਲੀਅਰ ਹੈ ਜੀ, ਬਸ ਇੰਨੀ ਕੁ ਚੀਜ਼ ਯਾਦ ਰੱਖ ਲਿਓ। ਹੁਣ ਕੁਐਸਚਨ ਆਇਆ ਕਿਵੇਂ ਸੀਗਾ, ਇੱਕ ਵਾਰੀ ਨਿਗਾਹ ਮਾਰ ਲਿਓ, ਕਹਿੰਦਾ ਮੈਮਰੀ ਰੈਫਰ ਟੂ ਦਾ ਲੋਕੇਸ਼ਨ ਆਫ ਦਾ ਸ਼ਾਰਟ ਟਰਮ ਡਾਟਾ, ਤੇ ਸਟੋਰੇਜ ਇਜ਼ ਦਾ ਕੰਪੋਨੈਂਟ ਵਿਦ ਇਨ ਯੂਰ ਕੰਪਿਊਟਰ ਦੈਟ ਅਲਾਓ ਯੂ ਟੂ ਸਟੋਰ ਐਂਡ ਅਸੈਸ ਡਾਟਾ ਫਾਰ ਦਾ ਲੌਂਗ ਟਰਮ। ਓਕੇ ਹੈ ਜੀ, ਕਲੀਅਰ ਹੈ। ਤੇ ਸਟੋਰੇਜ ਜਿਹੜੀ ਆਉਂਦੀ ਹੈ ਰਾਜੇ, ਜਿਵੇਂ ਇਹ ਆਉਂਦੀ ਆਪਣੀ ਸੋਲਿਡ ਸਟੇਟ ਦੇ ਵਿੱਚ, ਸੋਲਿਡ ਸਟੇਟ ਡਰਾਈਵ, ਜਿਵੇਂ ਮੰਨ ਲਓ ਹਾਰਡ ਡਿਸਕ ਹੋ ਗਈ, SSD ਹੋ ਗਈ, ਠੀਕ ਹੈ, ਇਹ ਸਾਰੀਆਂ ਜਿੰਨੀਆਂ ਵੀ ਸਟੋਰੇਜ ਹੁੰਦੀਆਂ ਨੇ ਇਹ ਇਹਦੀ ਫਾਰਮ ਦੇ ਵਿੱਚ ਆਉਂਦੀਆਂ ਨੇ, ਜਿਵੇਂ CD ਹੋ ਗਈ, DVD ਹੋ ਗਈ, USB ਹੋ ਗਈ ਤੁਹਾਡੀ। ਆਹ ਕੁਐਸਚਨ ਆਇਆ ਸੀ ਬੇਟੇ ਕਿਸੇ ਪੇਪਰ ਦੇ ਵਿੱਚ, ਕਹਿੰਦਾ ਵਟ ਇਜ਼ ਦਾ ਡਿਫਰੈਂਸ ਬਿਟਵੀਨ ਏ ਮੈਮਰੀ ਐਂਡ ਸਟੋਰੇਜ। ਹੁਣ ਜਿਹੜੇ ਬੱਚੇ, ਕਈ YouTube ਤੇ ਟੀਚਰ ਵੀ ਗਲਤ ਕਰਵਾ ਰਹੇ ਨੇ, ਉਹ ਮੈਮਰੀ ਤੇ ਸਟੋਰੇਜ ਨੂੰ ਇੱਕੋ ਹੀ ਚੀਜ਼ ਦੱਸਦੇ ਨੇ। ਹੁਣ ਜਿਹੜੇ ਬੱਚਿਆਂ ਨੂੰ ਇਹ ਨਹੀਂ ਪਤਾ ਸੀਗਾ ਕਿ ਮੈਮਰੀ ਤੇ ਸਟੋਰੇਜ ਦੇ ਵਿੱਚ ਕੀ ਫਰਕ ਹੈ, ਉਹ ਕਦੇ ਵੀ ਇਹ ਕੁਐਸਚਨ ਨੂੰ ਅਟੈਂਪਟ ਨਹੀਂ ਕਰ ਸਕਦੇਗੇ, ਪਰ ਤੁਸੀਂ ਕਰ ਸਕਦੇ ਹੋ ਕਿਉਂਕਿ ਤੁਸੀਂ ਪੜ੍ਹ ਚੁੱਕੇ ਹੋ। ਤਾਂ ਇਹਦੇ ਵਿੱਚ ਆਂਸਰ ਕੀ ਆਊਗਾ ਰਾਜੇ, ਆਪਣਾ ਆਂਸਰ ਆਜੂਗਾ ਜਿਹੜੀ ਮੈਮਰੀ ਹੈਗੀ ਹੈ ਉਹ ਕੀ ਹੈ, ਬੇਸਿਕਲੀ ਟੈਂਪਰੇਰੀ ਹੈ, ਤੇ ਸਟੋਰੇਜ ਕੀ ਹੈ ਰਾਜੇ, ਪਰਮਾਨੈਂਟ ਹੈ। ਤੁਹਾਨੂੰ ਮੈਂ ਦੱਸ ਕੇ ਹਟਿਆ, ਸਟੋਰੇਜ ਨੂੰ ਪਰਮਾਨੈਂਟ ਸਟੋਰ ਰਹੂਗੀ, ਚਾਹੇ ਆਪਾਂ 10 ਦਿਨ ਬਾਅਦ ਖੋਲੀਏ, 20 ਦਿਨ ਬਾਅਦ ਖੋਲੀਏ, 40 ਦਿਨ ਬਾਅਦ ਖੋਲੀਏ, ਸਟੋਰ ਰਹੂਗਾ। ਕਲੀਅਰ ਹੈ ਜੀ, ਅੱਗੇ ਚੱਲਦੇ ਹਾਂ। ਹੁਣ ਰਾਜੇ ਇੱਕ ਕੁਐਸਚਨ ਪੁੱਛ ਲਿਆ ਜਾਂਦਾ, ਇੱਥੋਂ ਵੀ ਇੱਕ ਕੁਐਸਚਨ ਪੱਕਾ ਆਉਂਦਾ ਹੁੰਦਾ ਮੈਮਰੀ ਯੂਨਿਟ ਤੋਂ, ਪੱਕਾ ਇੱਕ ਕੁਐਸਚਨ ਜਾਂ ਇੱਕ ਤੋਂ ਦੋ ਕੁਐਸਚਨ ਆ ਜਾਂਦੇ ਆ, P++ ਬੋਰਡ ਹਮੇਸ਼ਾ ਪੁੱਛਦਾ ਹੈ। ਹੁਣ ਮੈਮਰੀ ਸਟੋਰ ਕਰਨ ਦੇ ਯੂਨਿਟ ਹੁੰਦੇ ਆ ਰਾਜੇ, ਯੂਨਿਟ ਕੀ ਹੁੰਦੇ ਆ, ਤੁਹਾਨੂੰ ਸਾਰਿਆਂ ਨੂੰ ਦੱਸ ਕੇ ਹਟਿਆ ਮੈਂ, ਕੰਪਿਊਟਰ ਕੀ ਚ ਕੰਮ ਕਰਦਾ, ਲੋ ਲੈਵਲ ਲੈਂਗੁਏਜ ਦੇ ਵਿੱਚ, ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ ਬਾਈਨਰੀ ਭਾਸ਼ਾ ਕਹਿ ਦਿੰਦੇ ਹਾਂ, ਬਾਈਨਰੀ ਲੈਂਗੁਏਜ ਚ ਕੰਮ ਕਰਦਾ। ਬਾਈਨਰੀ ਦੇ ਵਿੱਚ ਹਮੇਸ਼ਾ ਦੋ ਡਿਜਿਟ ਹੁੰਦੇ ਆ, 0 ਹੁੰਦਾ, 0 ਦਾ ਮਤਲਬ ਹੁੰਦਾ ਆਫ, ਤੇ 1 ਹੁੰਦਾ, 1 ਦਾ ਮਤਲਬ ਹੁੰਦਾ ਰਾਜੇ ਆਨ। ਹੁਣ ਤੁਹਾਡੇ ਘਰਾਂ ਦੇ ਵਿੱਚ ਪੱਖੇ ਆ, ਪੱਖਾ ਬੰਦ ਪਿਆ ਤਾਂ ਉਹਦੀ ਵੈਲਿਊ 0 ਹੈ, ਪੱਖਾ ਚੱਲ ਰਿਹਾ ਉਹਦੀ ਵੈਲਿਊ 1 ਹੈ, ਆਨ ਆਫ। ਓਕੇ ਹੈ ਜੀ, ਤੇ 0 ਤੇ 1 ਦੀ ਫਾਰਮ ਦੇ ਵਿੱਚ ਕੰਮ ਕਰਦਾ ਕੌਣ, ਕੰਪਿਊਟਰ ਕੰਮ ਕਰਦਾ। ਅੱਗੇ ਚੱਲਦੇ ਹਾਂ ਜੀ। ਹੁਣ ਜੇ ਤੁਹਾਨੂੰ ਇੱਕ ਕੁਐਸਚਨ ਬਹੁਤ ਵਾਰੀ ਆਉਂਦਾ ਕਿ ਸਭ ਤੋਂ ਛੋਟਾ ਸਮਾਲੈਸਟ ਯੂਨਿਟ ਕੀ ਹੈ ਮੈਮਰੀ ਦਾ, ਕੰਪਿਊਟਰ ਦਾ, ਤਾਂ ਉਹ ਹੈਗਾ ਰਾਜੇ ਬਿੱਟ। ਇਹਨੂੰ ਇੱਕ ਬਿੱਟ ਬੋਲਦੇ ਆ, ਚਾਹੇ ਉਹ 0 ਹੋਵੇ ਚਾਹੇ ਉਹ 1 ਹੋਵੇ, ਕੀ ਹੈ ਉਹ, ਕੀ ਇੱਕ ਬਿੱਟ ਹੈ, ਚਾਹੇ 0 ਹੈ ਚਾਹੇ 1 ਹੈ, ਸਭ ਤੋਂ ਛੋਟਾ ਯੂਨਿਟ ਕਿਹੜਾ ਰਾਜੇ, ਬਿੱਟ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ, ਆ ਜਾਂਦਾ ਜੀ ਤੁਹਾਡਾ ਨਿਬਲ। ਨਿਬਲ ਕੀ ਹੁੰਦਾ ਰਾਜੇ, 4 ਬਿੱਟ ਨੂੰ ਜੋੜ ਦਈਏ, 4 ਬਿਟਸ ਨੂੰ ਜੋੜ ਦਈਏ ਤਾਂ ਨਿਬਲ ਬਣ ਜਾਂਦਾ। ਜਿਵੇਂ ਮੰਨ ਲਓ ਮੈਂ ਜੋੜ ਦਵਾਂ 0 0 1 0, ਚਾਹੇ ਮੈਂ ਜੋੜਦਾ 1 1 1, ਚਾਹੇ ਸਾਰੀਆਂ ਜੀਰੋਆਂ ਜੋੜਦਾ, ਚਾਹੇ ਮੈਂ 2 1 2 0 ਜੋੜਦਾ, ਜੋ ਮਰਜ਼ੀ ਕੰਬੀਨੇਸ਼ਨ ਲੈ ਲਓ। ਕਹਿਣ ਦਾ ਭਾਵ ਕੀ ਹੈ, 4 ਬਿੱਟ ਦੇ ਕੰਬੀਨੇਸ਼ਨ ਨੂੰ ਕੀ ਕਹਿੰਦੇ ਆ, 1 ਨਿਬਲ ਕਹਿ ਦਿੰਦੇ ਆ। ਅੱਗੇ ਚੱਲਦੇ ਹਾਂ ਜੀ ਆਪਾਂ, ਮੈਂ ਇੱਥੇ ਪੜ੍ਹਾ ਦਿੰਦਾ ਤੁਹਾਨੂੰ। ਹੁਣ ਦੇਖੋ 8 ਬਿੱਟ ਦੇ ਕੰਬੀਨੇਸ਼ਨ ਨੂੰ ਕੀ ਕਹਿ ਦਿੰਦੇ ਰਾਜੇ, 1 byte। ਧਿਆਨ ਦੇ ਨਾਲ, byte ਤੇ ਬਿੱਟ 'ਚ ਬਹੁਤ ਫਰਕ ਹੈ। ਬਿੱਟ ਦਾ ਮਤਲਬ ਕੀ ਹੈ, ਜ਼ਿਆਦਾ 0 ਜਾਂ 1,
वाइड का मतलब की है 8 बिट, कहने भाव की 1 2 3 4 5 6 7 8, यह 8 बिट का की बनता, 1 बाइट बनता है। ठीक है जी, याद रख लियो। अगे गल करते हैं जी राजे किलो बाइट। हुण किलो बाइट देखो, अगर देसी भाषा च कही आप कह दें 1 किलो, 1 किलो दे विच किन्ने ग्राम होंगे, आप कह दें जी 1000 ग्राम होंगे, सारे नूं पता है। ठीक है, 1000 ग्राम होंगे। उवें राजे 1 किलो बाइट दे विच किन्नियां बाइट्स होणगियां, 1000 बाइट्स होणगियां। ठीक है, बट कंप्यूटर दे विच की हुंदा, थोड़ा जिहा फर्क हुंदा, 1000 नहीं होंगी, 1000 जगह की होंगे राजे 1024 होंगे। की होंगे 1024, उसका कारण की है 1 बाइट दे विच किन्नियां होंदियां बिट, 8 होंदियां, उहदे करके 1024 बनदियां ने। तो याद रखना 1 किलो बाइट दे विच किन्नियां बाइट्स होणगियां, 1024 बाइट्स। अगे गल करते हैं जी एमबी, जिहनूं कह दिंदे आ मैगा बाइट, उस च किन्नियां किलो बाइट होणगियां, 1024। अगे आ गया जी गीगा बाइट, 1024 मैगा बाइट। टैरा बाइट, इस तों बाद पीटा बाइट, जीटा बाइट आ जांदा। इन्ना ज्यादा अगे वधण दी जरूरत मेरे हिसाब नाल है नहीं गी, इन्ना ही कर लोगे तो भी थोड़ा कवर हो जाऊगा कलर्क कलर्क आई टी या कलर्क अकाउंट वास्ते। ओके है जी, अगे चलते हैं। आ देखो जी क्वेश्चन आया होया, द स्मॉलेस्ट यूनिट ऑफ द स्टोरेज, चाहे मैमरी लिख दें चाहे स्टोरेज लिख दें, सब तो छोटा यूनिट केड़ा राजे, बिट है। ओके है जी, हम बाइट की हो गया राजे, 8 बिट के कंबीनेशन बाइट कह दें। निबल की हो गया राजे, 4 बिट्स के कंबीनेशन निबल कह दें। बग की होंगे राजे, कंप्यूटर के एरर नूं की कह देंगे, बग कह देंगे। यह वक्रा टॉपिक है, इन्हू भी आप कवर कर लेंगे, चिंता नहीं करनी। अच्छा जी आ क्वेश्चन भी आया होया, हुण कई बार ना एग्जामिनर चलाक बनता है, चलाक बनता वह की करता है थोड़ा भुलेखा पाने वास्ते, जिवें हुण कह दूगा कि अप्रोक्सीमेटली 1 मिलियन बाइट्स नूं की कहांगे, तो 1 मिलियन बाइट्स हुंदी राजे मैगा बाइट के बराबर। मैं कोई गल नहीं सारिया लिखा दूंगा, मिलियन बिलियन सारिया लिखवा दूंगा, फिलहाल तुसीं इहनूं बस एक बार देख लो, तुहानूं मैं समझा दूंगा कि वट इज द अप्रोक्सीमेटली मिलियन बाइट्स की हो गई राजे मैगा बाइट्स। ठीक है जी, हम तुसीं मैनूं चलो कमेंट कर दो, जिन्हों पता भी मिलियन दे विच 6 जीरोआं होंदियां, 7 होंदियां जां 8 होंदियां, तो वह समझ सकता इस चीज़ नूं। तां ही मैं कह रहा मैं किसी होर वीडियो नैक्सट वीडियो दे विच करवा दूंगा कि मिलियन दे विच किन्नियां जीरोआं, बिलियन दे विच किन्नियां जीरोआं, तो किस हिसाब दे नाल मैगा बाइट आऊगा, गीगा बाइट आऊगा। ठीक है जी, अगे चलते हैं। हाँ क्वेश्चन जिहड़ा आउंदा हुंदा पेपर दे विच ओह आउंदा हुंदा कि 1 गीगाबाइट किहदे बराबर है, तो मैगाबाइट दे बराबर। हुण तुसीं याद किवें रखना राजे, सब तो छोटा बिट है, फिर बाइट आ गया, फिर किलो बाइट आ गया, फिर मैगा बाइट आ गया, फिर गीगा बाइट आ गया। ठीक है जी, ठीक है टैरा बाइट आ गया, तो हुण आपां नूं की पुछा उन्होंने गीगा बाइट है, आपां पिछे जाना है, तो पिछे जाना की है 1024 MB किहदे बराबर होगा 1 गीगाबाइट दे। बस इदां याद रख लियो राजे, तो सौखे तरीके नाल तुसीं की कर सकते हो, उत्तर कर सकते हो। अच्छा हाँ क्वेश्चन देखो कितना सौखा है, कहिंदा हाफ बाइट किहदे बराबर है, तो तुहानूं पता है कि बाइट किहदे बराबर है, 8 बिट दे बराबर है। ठीक है, ते निबल किहदे बराबर हुंदा जी, निबल हुंदा 4 बिट्स दे बराबर, ते इह बाइट दा हाफ कौन हो गया, हाफ कौन हो गया, अद्धा कौन हो गया, निबल हो गया। तो आंसर की बन जूगा राजे, निबल बन जूगा। प्रायमरी मैमरी की गल करते हैं राजे, हुण देखो प्रायमरी मैमरी, प्रायमरी मैमरी कह लो इहनूं, वोलेटाइल मैमरी कह लो, जां फिर इहनूं कह लो राजे मेन मैमरी, जो मर्जी कही जाओ। ठीक है जी, हुण की है प्रायमरी मैमरी, वह मैमरी है जिहड़ी कंप्यूटर दे विच जदों आपां कोई काम करांगे करंटली आपां नूं चाहीदी है। चलो तुहानूं एक गल समझाउणा मैं, एक हुंदा जी कंप्यूटर दे विच रैम, यह भी एक मैमरी है, यह छोटी मैमरी हुंदी है, ऐ कह लो 4 GB की रैम है। एक हुंदी है जी हार्ड डिस्क, की हुंदी है जी हार्ड डिस्क, जिहनूं आपां स्टोरेज कह दिंदे आ, यह वड्डी हुंदी मान लो 500 GB की है। हुण मेरी एक उत्थे मान लो कि फोटो सीगी, फोटो सी एक एक गाना पिया, एक मान लो MP3 सोंग पिया। हुण करंटली मैं जदों कुछ भी नहीं कर रहा, मैं ये फोटो ते डबल क्लिक किया, फोटो खुल जूगी, पर यह खुलूगी कितने जाके राजे, यह रैम च जाके खुलूगी। तो करंटली जो भी काम होना वह रैम दे विच ही होना, तो रैम की अपनी मेन मैमरी है, कहने का भाव कि मेन मैमरी दे विच कोई भी काम होगा मेन मैमरी दे विच ही होगा। मान लो मेरा कंप्यूटर बंद पिया, मोबाइल बंद पिया, जो मैं ऑन करूंगा सब तो पहला रैम दे विच की लोड होगा, ऑपरेटिंग सिस्टम। ऑपरेटिंग सिस्टम की हुंदा है, जिवें तुहाडे मोबाइल दे विच एंड्रॉयड हुंदा है, कंप्यूटर दे विच विंडो हुंदी है, जां फिर एप्पल दे विच iOS हुंदा है, तां रैम दे विच ही सारा काम होना है। यह सिर्फ स्टोरेज की है, परमानेंट डाटा स्टोर करने वास्ते वरती जाती है। कंप्यूटर की स्पीड मोबाइल की स्पीड की डिपेंड करती है, मेन मैमरी से करती है। ठीक है जी, पर इहदे विच इक प्रॉब्लम है, प्रॉब्लम इज की है, प्रॉब्लम इज दैट की ए मैमरी दे विच डाटा उन्नी देर तक सेव रहूगा जो तक अपना कंप्यूटर की है ऑन है, जां उन्हों लाइट मिल रही है।
जे मान लो लाइट चली गई या फिर तुसी कंप्यूटर एक्सीडेंटली बंद करता, तुसी इनू सेव ना किया, डाटा की हो जूगा, डिलीट हो जूगा। तो इसे की कहें राजे, इसे कहें जी वोलेटाइल, की कहें जी वोलेटाइल मैमरी। तो शब्द वोलेटाइल का मतलब की है कि जिहड़ी चीज परमानेंट स्टोर नहीं हुंदी, जो लाइट भज जाए या फिर थोड़ा कंप्यूटर बंद हो जाए डाटा की हो जूगा, लॉस्ट हो जूगा, उन्हें कह देंगे जी वोलेटाइल मैमरी। तो इहदे विचकार इहनू इहदे विचकार वोलेटाइल मैमरी कही है जी रैम, जिन्हों कह देंगे रैंडम एक्सेस मैमरी। हुण प्राइमरी मैमरी भी दो तरह की होंगी है राजे, एक होंगी है जी रैम, एक होंगी है जी रोम। हुण रोम का की मतलब है, बहुते बच्चों नूं तां रोम दे विच इन्नी कन्फ्यूजन होंगी है, मैनूं पुछणगे सर जी इह वोलेटाइल है कि नॉन वोलेटाइल है, ते तां ही देखो दोबारा वीडियो तां ही पाउणे ना, क्योंकि जिहड़ियां उह वीडियो पाईआं होईआं वह अज तो साल पहला पाइया हो गई जो चैनल स्टार्ट किया सीगा। तो साल तो बाद देखो मेरे च भी फर्क आया, तुहाडे च भी फर्क आया, पेपर के लैवल भी अप हो गए, इसके मैं दोबारा वीडियो पा रहा है। ठीक है, तो गल करते हैं जी रैम ते रोम के बारे। हुण प्राइमरी मैमरी थोड़ा मैं समझाती है, पहली गल तो जो पी ट्रिपल एस बोर्ड है रैम की फुल फॉर्म ही पूछ लैंदा है, तो याद रख लो राजे रैंडम एक्सेस मैमरी। हुण बच्चे की रट्टा मारते इस चीज को भी रैंडम एक्सेस मैमरी सीगा कि फलाना सीगा, तुसी इहदा मतलब समझण की कोशिश करो, सानू मतलब मैं बहुत वधिया तरीके नाल समझाउणा मतलब। हुण देखो की गल है, कल मैं कराया सी तुहानू रील जिहनू आपां कैसेट कहिंदे आ, कल मैं रील दे बारे दस्सिया सीगा, रील दे विच की प्रॉब्लम सी कि बेटे जिहड़ा डाटा सी ना उह सीकुएंस दे विच आपां यूज कर सकदे सीगे, कहिण दा भाव दे विच चार सोंग पए ने, आपां थर्ड नंबर सोंग प्ले करना तां आपां नूं फर्स्ट ते सैकंड नूं की करना पऊगा, फॉरवर्ड करना पऊगा। ठीक है, बट रैम दे विच उह चीज नहीं हैगी गी, रैम दे विच आपां कोई भी चीज मान लो रैम है, आ रैम दे विच मान लो मैं तीन चीजा खोल लिया 1, 2 एंड 3। ठीक है, मैं किसी भी चीज नूं की कर सकदा, एक्सेस कर सकदा, चाहे मैं एक नंबर नूं करां चाहे दो नूं चाहे तीन नूं, डायरेक्ट किसी नूं एक्सेस कर सकदा। तो इहनूं कह दिंदे जी रैंडमली। चलो एक एग्जाम्पल मैं डेली लाइफ की दस दिना, तुसीं सारे स्कूलां कॉलेजां च पढ़ के आए हो, टीचर थोड़ी अटेंडेंस लैंदे है, वह अटेंडेंस किवें लैंदे है, वह सिर्फ सीकुएंस दे विच लैंदे है, रोल नंबर 1, 2, 3, 4, 5, 6, क्लीयर है जी। तो हुण मान लो जे वो जो अपने मान लो आह कंपीटीशन एग्जाम होंगे उसके अपने मान लो रोल नंबर आते हैं, वो वक्रे वक्रे शहर के वक्रे वक्रे बच्चों के आते हैं, कोई जलंधर का बच्चा है, कोई फाजिलका का, कोई पटियाले का, कोई गुरदासपुर का, कोई अमृतसर का, यह रैंडमली हो गया कि फलाने शहर के चक लिया बच्चा, फलाने शहर चो चक लिया, फलाने शहर चो चक लिया, इन आप कह दें रैंडमली, आप कोई सीरीज नहीं फॉलो कर रहे, सिर्फ रैंडमली चक रहे हैं। तो यह रैंडम का मतलब सू समझ आ गया, असैस का मतलब होंगे यूज करना, तो मैमरी थोड़ा मैं दस ही चुकया। तो रैम की कहते राजे रैंडम एक्सेस मैमरी कहते हैं, तो जो डाटा है राजे ये टैंपरेरली स्टोर करता रैम। ठीक है, कब तक स्टोर करूगा, जो तक इन की मिलती रहूगी, पावर मिलती रहूगी, बिजली मिलती रहूगी। जे मान लो कंप्यूटर बंद हो गया, यह की हो जूगा, डाटा अरेज कर दूगा, डाटा की कर दूगा, अरेज कर दूगा। क्लीयर है जी, आ होंगे जी रैम की फोटो भी देख लो, शक्ल भी देख लो, थोड़ा शायद बहुत का पता होगा, जे किसी की बैकग्राउंड नहीं हैगी कंप्यूटर वगैरह, जो किसी ने नहीं सुनिया कभी वीडियो, तो वह शकल जरूर देख लवे, याद रह जाता है। हुण गल करते हैं जी रैम हुंदा दो प्रकार का, एस रैम ते डी रैम। हुण अज तक तुसीं एस रैम ते डी रैम ही सुनिया होगा, पंगा पै गया सी पी ट्रिपल एस बोर्ड दे विच जदों उन्होंने पूछ लिया सीगा एस डी रैम, बच्चे कहिंदे सर जी तुसीं तां कराया जी एस फॉर स्टैटिक रैम, डी फॉर डायनेमिक रैम, आ कड़ा नवा सप आ गया एस डी रैम। तो उत्थे बहुते बच्चे की करके आ गए, गलत करके आ गए, यही कारण है मेरा दोबारा वीडियो पाउन दा, दोबारा मेहनत करन दा, नहीं मैनू की सीगा बेटे घंटे घंटे दी वीडियो बनिया पईआं चक के मैं नवी एडिट करके तुहानू मैं पा सकदा सी, पर आपां चाहुणे आ वी मैक्सीमम टू मैक्सीमम बच्चों नू जॉब मिले, क्योंकि बेटा जदों जॉब मिलदी है बच्चों की जिहड़ी दुआवां मिलदियां उह प्राइसलैस हुंदियां ने, ते उहनां दे मां बाप नू दीआं दुआवां जिहड़ियां उह मेरे तक पहुंचदियां ने उहनां दे थ्रू, तां इस तों वड्डी कमाई कोई भी नहीं हैगी, आपां स्टूडेंट ही कमाए आ। इस करके कहना बेटे सब कुछ फ्री है, गरंटी है, चलो मैं वैसे कदे इदा कहिंदा नहीं हुंदा पंजाब दे विच, गरंटी है पंजाब दे विच कोई भी इंस्टीट्यूट ले आयो जे तुहानूं पेड दे विच इहदे बराबर कंप्यूटर करवा गया चैनल उदनी बंद कर दूंगा। ठीक है, तो परमात्मा की कृपा है, परमात्मा नूं डर के कहिंदे आ जो करवाया एग्जाम दे विच जरूर मिलेगा, उहदा कारण की है एक्सपीरियंस, जिंदगी च अकल कहिंदे धक्के खा के आउंदी है, बदाम खा के नहीं आउंदी, धक्के बहुत खाधे है, बस उहदा ही है, उहदा ही फल मिल रहा धक्के खाण दा, कि तुहानू नहीं मैं जो धक्के मैं खाधे तुहानू नहीं खाण दिंदा। ओके है जी, हुण एस रैम ते डी रैम हुंदा बेटे, एस रैम की गल करिए राजे, बस तुहानू फुल फॉर्म ही पुछूगा पर फिर भी मैं तुहानू डिटेल च करा रहा, एस का मतलब हुंदा राजे स्टैटिक। अगर मैं गल करा हिंदी या पंजाबी, चलो
ਇਹਨੂੰ ਕਹਿ ਦਿੰਦੇ ਆ ਜੀ ਫਿਕਸ, ਇਹਨੂੰ ਕਹਿ ਦਿੰਦੇ ਆ ਸਥਿਰ, ਕਹਿ ਦਿੰਦੇ ਆ ਸਟੈਟਿਕ ਰੈਮ। ਸਟੈਟਿਕ ਰੈਮ ਕੀ ਹੁੰਦਾ ਬੇਟੇ? ਐਸ ਫੋਰ ਸਟੈਟਿਕ ਹੁੰਦਾ, ਇਹ ਉਸ ਮੈਮਰੀ ਨੂੰ ਮਤਲਬ ਕਿ ਰਿਪ੍ਰੈਜੈਂਟ ਕਰਦਾ ਜਿਹਦੇ ਵਿੱਚ ਕੀ ਆ ਕਹਿੰਦਾ, ਜੇ ਆਪਾਂ ਇਹਨੂੰ ਪਾਵਰ ਦੇਈ ਜਾਵਾਂਗੇ, ਮੋਸਟਲੀ ਆਪਾਂ ਇਹੀ ਯੂਜ਼ ਕਰਦੇ ਹਾਂ, ਮੰਨ ਲਓ ਆਪਾਂ ਇਹਨੂੰ ਪਾਵਰ ਦੇਈ ਜਾਵਾਂਗੇ ਤਾਂ ਇਹਦੇ ਵਿੱਚ ਡਾਟਾ ਪਿਆ ਰਹੂਗਾ, ਜਦੋਂ ਪਾਵਰ ਚਲੀ ਗਈ ਇਹ ਕੀ ਕਰ ਦੂਗਾ, ਡਾਟਾ ਨੂੰ ਡਿਲੀਟ ਕਰ ਦੂਗਾ, ਜਿਹਨੂੰ ਕੀ ਕਹਿ ਦਿੰਦੇ ਆਪਾਂ ਵੋਲੇਟਾਈਲ ਇਨ ਨੇਚਰ ਕਹਿ ਦਿੰਦੇ ਹਾਂ। ਠੀਕ ਹੈ ਜੀ, ਇਹ ਹੈਗੇ ਤੁਹਾਡਾ ਐਸ ਰੈਮ, ਜ਼ਿਆਦਾ ਡਿਟੇਲ ਚ ਜਾਣ ਦੀ ਜ਼ਰੂਰਤ ਨਹੀਂ ਹੈਗੀ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਜੀ, ਇਹਦੇ ਓਪੋਜਿਟ ਜਿਹੜਾ ਦੂਜਾ ਰੈਮ ਹੈਗਾ ਉਹ ਹੈਗਾ ਜੀ ਡਾਇਨਮਿਕ ਰੈਮ। ਡਾਇਨਮਿਕ ਹੁੰਦਾ ਰਾਜੇ ਜਿਹੜੀ ਚੀਜ਼ ਬਦਲਦੀ ਰਹਿੰਦੀ ਹੈ, ਫਿਕਸ ਨਹੀਂ ਹੁੰਦੀਗੀ, ਸਥਿਰ ਨਹੀਂ ਹੁੰਦੀਗੀ। ਹੁਣ ਡਾਇਨਮਿਕ ਰੈਮ ਜਦੋਂ ਡਾਇਨਮਿਕ ਰੈਮ ਦੇ ਵਿੱਚ ਮੋਸਟਲੀ ਆਪਾਂ ਕਰਦੇ ਕੀ ਆ, ਇਹਨੂੰ ਵਾਰ ਵਾਰ ਰੀਫਰੈਸ਼ ਕਰਦੇ ਰਹਿੰਦੇ ਆ। ਰੀਫਰੈਸ਼ ਕਿਵੇਂ ਕਰਦੇ ਆ ਰਾਜੇ? ਇਹਨੂੰ ਇਲੈਕਟ੍ਰੀਕਲੀ ਰੀਫਰੈਸ਼ ਕਰਦੇ ਆ, ਇਹਨੂੰ ਮਤਲਬ ਬਾਹਰ ਕੱਢ ਕੇ ਇਹਦੇ ਉੱਪਰ ਕੋਈ ਚਾਰਜ ਅਪਲਾਈ ਕਰਦੇ ਆ, ਇਲੈਕਟ੍ਰਿਸਿਟੀ ਅਪਲਾਈ ਕਰਦੇ ਆ, ਤਾਂ ਇਹਦਾ ਡਾਟਾ ਕੀ ਕਰ ਦਿੰਦੇ ਆ ਆਪਾਂ, ਚੇਂਜ ਕਰਦੇ ਰਹਿੰਦੇ ਆ। ਤਾਂ ਇਹ ਕੁਐਸਚਨ ਵੀ ਪੁੱਛਿਆ ਜਾਂਦਾ ਹੁੰਦਾ ਵੀ ਉਹ ਕਿਹੜਾ ਰੈਮ ਆ ਜਿਹਨੂੰ ਕੁਝ ਟਾਈਮ ਬਾਅਦ, ਕੁਝ ਸੈਕਿੰਡ ਬਾਅਦ ਆਪਾਂ ਰੀਫਰੈਸ਼ ਕਰਦੇ ਆ, ਉਹ ਦੈਟ ਇਜ਼ ਡਾਇਨਮਿਕ ਰੈਮ, ਜਿਹਨੂੰ ਆਪਾਂ ਕਹਿ ਦਿੰਦੇ ਆ ਡੀ ਰੈਮ। ਬਸ ਇਹਦੇ ਮਤਲਬ ਕਿ ਜ਼ਿਆਦਾ ਡਿਟੇਲ ਚ ਹੋਰ ਜਾਣ ਦੀ ਜ਼ਰੂਰਤ ਨਹੀਂ ਹੈਗੀ, ਇੰਨਾ ਹੀ ਕਰ ਲਓ ਬਹੁਤ ਹੈ, ਚਾਹੇ ਕਲਰਕ ਆਈਟੀ ਹੈ, ਚਾਹੇ ਕਲਰਕ ਹੈ ਤੇ ਚਾਹੇ ਫਿਰ ਕਲਰਕ ਅਕਾਊਂਟ ਹੈ। ਓਕੇ ਆ ਜੀ, ਐਸ ਰੈਮ ਤੇ ਡੀ ਰੈਮ ਤੁਹਾਨੂੰ ਕਲੀਅਰ ਹੋ ਗਏ ਹੋਣਗੇ ਆਈ ਹੋਪ। ਅੱਗੇ ਚੱਲਦੇ ਹਾਂ ਜੀ, ਹੁਣ ਆ ਪਿਆ ਜੀ ਉਹ ਸਭ ਜਿਹਦੇ ਬਾਰੇ ਬੱਚਿਆਂ ਨੂੰ ਪ੍ਰੋਬਲਮ ਆਈ ਸੀਗੀ, ਐਸ ਡੀ ਰੈਮ। ਹੁਣ ਜੀ ਐਸ ਡੀ ਰੈਮ ਕੀ ਚੀਜ਼ ਹੈ? ਐਸ ਡੀ ਰੈਮ ਕੋਈ ਜ਼ਿਆਦਾ ਖਾਸ ਚੀਜ਼ ਨਹੀਂ ਹੈਗੀ, ਐਂ ਕਹਿ ਲਓ ਵੀ ਜੋ ਰੈਮ ਆਪਾਂ ਡਾਇਨਮਿਕ ਰੈਮ ਪੜ੍ਹ ਕੇ ਆਏ ਹਾਂ ਬਸ ਉਹੀ ਚੀਜ਼ ਹੈ। ਹੁਣ ਇਹਦੇ ਅੱਗੇ ਜਿਹੜਾ ਐਸ ਹੈ, ਐਸ ਦਾ ਮਤਲਬ ਹੈਗਾ ਜੀ ਸਿੰਕਰੋਨਸ। ਸਿੰਕਰੋਨਸ ਦਾ ਮਤਲਬ ਕੀ ਹੈ ਜੀ? ਹੁਣ ਮੈਂ ਤੁਹਾਨੂੰ ਦੱਸਦਾ, ਮੰਨ ਲਓ ਆ ਟੀਚਰ ਪੜ੍ਹਾ ਰਿਹਾ ਕਲਾਸ ਦੇ ਵਿੱਚ, ਇਹਨੂੰ ਮੈਂ ਟੀ ਲਿਖ ਦਿੰਦਾ, ਆ ਬੱਚੇ ਬੈਠੇ ਹੋਏ ਆ, ਆ ਸਟੂਡੈਂਟ ਆ ਜੀ ਸਾਰੇ ਬੈਠੇ ਹੋਏ, ਡਰਾਇੰਗ ਤੇ ਨਾ ਜਾਇਓ, ਠੀਕ ਹੈ, ਮਾਸਟਰ ਨੂੰ ਕੁਰਸੀ ਤੇ ਬਾ ਦਿੰਦੇ ਆ, ਮਾਸਟਰ ਬੈਠਾ ਹੋਇਆ ਜੀ ਕੁਰਸੀ ਦੇ ਉੱਪਰ, ਠੀਕ ਹੈ, ਪੜ੍ਹਾ ਰਿਹਾ, ਜਦੋਂ ਟੀਚਰ ਬੋਲ ਰਿਹਾ ਸਟੂਡੈਂਟ ਸੁਣ ਰਹੇ ਆ, ਠੀਕ ਹੈ, ਤਾਂ ਟੀਚਰ ਬੋਲ ਰਿਹਾ ਸਟੂਡੈਂਟ ਸੁਣ ਰਹੇ ਆ, ਜੇ ਮੰਨ ਲਓ ਟੀਚਰ ਵੀ ਬੋਲਣ ਲੱਗ ਜਾਵੇ ਇਹ ਬੋਲ ਰਿਹਾ, ਬੱਚੇ ਵੀ ਬੋਲਣਾ ਸ਼ੁਰੂ ਕਰ ਦੇਣ, ਕੀ ਹੋ ਜਾਊਗਾ? ਇਹ ਸਬਜ਼ੀ ਮੰਡੀ ਬਣ ਜਾਊਗੀ, ਕਾਮਰ ਵਾਲੀ ਪੈ ਜਾਊਗੀ, ਕਿਸੇ ਨੂੰ ਕਿਸੇ ਦੀ ਗੱਲ ਨਹੀਂ ਸਮਝ ਆਊਗੀ, ਠੀਕ ਹੈ। ਬਟ ਜਦੋਂ ਟੀਚਰ ਬੋਲ ਰਿਹਾ, ਮੰਨ ਲਓ ਆ ਸੈਂਟਰ ਹੈ, ਮਤਲਬ ਕਿ ਬੋਲ ਰਿਹਾ, ਇਹ ਰਿਸੀਵ ਕਰ ਰਹੇ ਨੇ ਡਾਟਾ ਨੂੰ, ਜਿਵੇਂ ਹੁਣ ਮੈਂ ਬੋਲ ਰਿਹਾ ਤੁਸੀਂ ਸੁਣ ਰਹੇ ਹੋ ਮੇਰੀ ਵੀਡੀਓ, ਇਹ ਕੀ ਹੋ ਗਿਆ ਰਾਜੇ? ਸਿੰਕਰੋਨਸ ਹੋ ਗਿਆ, ਕਿ ਆਪਸ ਵਿੱਚ ਆਪਣਾ ਕੀ ਹੋ ਗਿਆ? ਤਾਲਮੇਲ ਹੋ ਗਿਆ। ਸਿੰਕਰੋਨਸ ਦਾ ਮਤਲਬ ਕੀ ਹੁੰਦਾ? ਤਾਲਮੇਲ ਬਿਠਾਉਣਾ, ਠੀਕ ਹੈ ਜੀ। ਤਾਂ ਇੱਥੇ ਵਰਡ ਸਿੰਕਰੋਨਸ ਦਾ ਮਤਲਬ ਤੁਹਾਨੂੰ ਮੈਂ ਦੱਸਤਾ, ਐਸ ਫੋਰ ਸਿੰਕਰੋਨਸ, ਡੀ ਫੋਰ ਡਾਇਨਮਿਕ ਰੈਂਡਮ ਸੈਸ ਮੈਮਰੀ, ਬਸ ਇੰਨਾ ਕੁ ਯਾਦ ਰੱਖ ਲਿਓ। ਇਹ ਕਾਹਤੋਂ ਵਰਤਿਆ ਗਿਆ ਰਾਜੇ? ਇਹ ਵਰਤਿਆ ਜਾਂਦਾ ਵੀ ਜਿਵੇਂ ਐਂ ਕਹਿ ਲਓ ਵੀ ਮਾਈਕਰੋ ਪ੍ਰੋਸੈਸਰ ਦਾ ਘੱਟੋ ਤੋਂ ਘੱਟ ਯੂਜ਼ ਕਰਕੇ, ਮਤਲਬ ਕਿ ਇਹ ਆਪਣਾ ਪ੍ਰੋਸੈਸਿੰਗ ਕਰਦਾ ਰਹਿੰਦਾ, ਮਾਈਕਰੋ ਪ੍ਰੋਸੈਸਰ ਨੂੰ ਜ਼ਿਆਦਾ ਬਿਜ਼ੀ ਨਹੀਂ ਕਰਦਾ ਗਾ, ਠੀਕ ਹੈ। ਜਿੱਥੇ ਆਪਾਂ ਬਹੁਤ ਫਾਸਟਲੀ ਕੰਮ ਕਰਨਾ ਹੋਵੇ ਉੱਥੇ ਇਹ ਰੈਮ ਵਰਤਿਆ ਜਾਂਦਾ, ਵੈਸੇ ਅੱਜ ਕੱਲ੍ਹ ਤਾਂ ਇਹ ਯੂਜ਼ ਨਹੀਂ ਹੋ ਰਿਹਾ, ਪਹਿਲਾਂ ਹੁੰਦਾ ਸੀਗਾ, ਠੀਕ ਹੈ। ਬਸ ਇਹਦਾ ਬਸ ਫੁੱਲ ਫਾਰਮ ਯਾਦ ਰੱਖਣੀ, ਹੋਰ ਜ਼ਿਆਦਾ ਡਿਟੇਲ ਚ ਜਾਣ ਦੀ ਜ਼ਰੂਰਤ ਨਹੀਂ ਹੈਗੀ। ਹੁਣ ਅੱਗੇ ਇੱਕ ਗੱਲ ਕਰਦੇ ਹਾਂ ਜੀ, ਇੱਕ ਨਾ ਟੈਕਨੋਲੋਜੀ, ਇਹ ਵੀ ਪੁੱਛਿਆ ਗਿਆ ਸੀਗਾ ਜੇਲ ਵਾਰਡਨ ਦੇ ਵਿੱਚ, ਡਿਮ ਤੇ ਸਿਮ, ਇੱਕ ਟੈਕਨੋਲੋਜੀ ਸੀਗੀ ਬੇਟੇ ਜਿਹੜੀ ਕਿ ਰੈਮ ਦੇ ਵਿੱਚ ਵਰਤੀ ਜਾਂਦੀ ਹੈ। ਡਿਮ ਟੈਕਨੋਲੋਜੀ ਦੀ ਫੁੱਲ ਫਾਰਮ ਯਾਦ ਰੱਖਣੀ ਹੈ ਰਾਜੇ, ਇਹਨੂੰ ਕਹਿ ਦਿੰਦੇ ਆ ਜੀ ਡਿਊਅਲ ਇਨ ਲਾਈਨ ਮੈਮਰੀ ਮੋਡਿਊਲ। ਕੀ ਕਹਿ ਦਿੰਦੇ ਆ? ਡਿਊਅਲ ਇਨ ਲਾਈਨ ਮੈਮਰੀ ਮੋਡਿਊਲ। ਡਿਊਅਲ ਦਾ ਮਤਲਬ ਕੀ ਹੁੰਦਾ? ਡਬਲ। ਕੀ ਹੁੰਦਾ ਜੀ? ਮਤਲਬ ਡਬਲ ਹੁੰਦਾ, ਦੋ, ਠੀਕ ਹੈ। ਇਹਦੇ ਵਿੱਚ ਕੀ ਹੁੰਦਾ ਬੇਟੇ? ਜਿਹੜਾ ਇਹਦਾ ਸਰਕਟ ਹੁੰਦਾ ਰਾਜੇ, ਇਹਦੇ ਇਹਨੂੰ ਕੀ ਕੀਤਾ ਜਾਂਦਾ? ਮਦਰਬੋਰਡ ਦੇ ਨਾਲ ਕਨੈਕਟ ਕੀਤਾ ਜਾਂਦਾ, ਤੇ ਇਹਦੇ ਵਿੱਚ ਕੀ ਹੁੰਦੀ? ਜਿਹੜੀ ਮੈਮਰੀ ਦੀ ਲਾਈਨ ਹੁੰਦੀ ਹੈ ਉਹ ਡਬਲ ਹੁੰਦੀ ਹੈ। ਬਸ ਇੰਨਾ ਕੁ ਯਾਦ ਰੱਖ ਲਓ, ਵੈਸੇ ਇੰਨੀ ਡਿਟੇਲ ਚ ਜਾਣ ਦੀ ਜ਼ਰੂਰਤ ਨਹੀਂ ਹੈਗੀ। ਬਸ ਇਹ ਟੈਕਨੋਲੋਜੀ ਬਾਰੇ ਪੁੱਛਿਆ ਜਾਂਦਾ। ਡਿਮ ਤੇ ਸਿਮ ਬਿਲਕੁਲ ਇਹਦੇ ਓਪੋਜ਼ਿਟ ਹੈ, ਇਹਦੇ ਵਿੱਚ ਸਿੰਗਲ ਲਾਈਨ ਮੈਮਰੀ ਹੁੰਦੀ ਹੈ। ਕੀ ਹੁੰਦੀ ਹੈ? ਸਿੰਗਲ ਲਾਈਨ ਮੈਮਰੀ ਮੋਡਿਊਲ ਹੁੰਦਾ। ਬਸ ਇੰਨਾ ਕੁ ਯਾਦ ਰੱਖ ਲਓ, ਕਪੈਸਿਟੀ ਦਾ ਫਰਕ ਪੈ ਜਾਂਦਾ ਬੇਟੇ, ਠੀਕ ਹੈ, ਕਲੀਅਰ ਹੈ। ਅੱਗੇ ਚੱਲਦੇ ਆ, ਹੁਣ ਗੱਲ ਕਰਦੇ ਆ ਜੀ, ਕਹਿੰਦਾ ਆਹ ਕੁਐਸਚਨ ਆਇਆ ਹੋਇਆ, ਕਹਿੰਦਾ ਵਿਚ ਆਫ ਦਾ ਫੋਲੋਇੰਗ ਮੈਮਰੀਜ਼ ਮਸਟ ਬੀ ਰੀਫਰੈਸ਼ਡ ਮੈਨੀ ਟਾਈਮ ਪਰ ਸੈਕਿੰਡ। ਤਾਂ ਇਹ ਤੁਸੀਂ ਦੱਸ ਸਕਦੇ ਹੋ ਜੀ ਡਾਇਨਮਿਕ ਰੈਮ, ਜਿਹਨੂੰ ਆਪਾਂ ਡੀ ਰੈਮ ਕਹਿ ਦਿੰਦੇ ਆ। ਕਲੀਅਰ ਹੈ ਜੀ, ਅੱਗੇ ਚੱਲਦੇ ਆ। ਹੁਣ ਆ ਗਿਆ ਜੀ ਰੋਮ। ਹੁਣ ਭਾਈ ਸਾਹਿਬ, ਰੋਮ ਜਿਹੜੀ ਬਹੁਤ ਐਂ ਕਹਿ ਲਓ ਵੀ ਇੰਪੋਰਟੈਂਟ ਮੈਮਰੀ ਹੈ, ਇਹਦੇ ਬਿਨਾਂ ਕੰਪਿਊਟਰ ਆਨ ਨਹੀਂ ਹੋ ਸਕਦਾ ਤੁਹਾਡਾ। ਪਹਿਲਾਂ ਤਾਂ ਇਹਦੀ ਆਪਾਂ ਗੱਲ ਕਰੀਏ ਫੁੱਲ ਫਾਰਮ ਦੇ ਵਿੱਚ, ਆਰ ਫੋਰ ਰੀਡ, ਓ ਫੋਰ ਓਨਲੀ ਤੇ ਐਮ ਫੋਰ ਮੈਮਰੀ, ਠੀਕ ਹੈ ਜੀ। ਹੁਣ ਮੰਨ ਲਓ ਤੁਹਾਨੂੰ ਮੈਂ ਨੋਟਸ ਦੇ ਦਿੰਦਾ, ਆ ਨੋਟਸ ਦੇਤੇ ਤੁਹਾਨੂੰ ਮੈਂ, ਤੁਸੀਂ ਸਿਰਫ ਨੋਟਸ ਨੂੰ ਪੜ੍ਹ ਸਕਦੇ ਹੋ, ਇਹਦੇ ਵਿੱਚ ਚੇਂਜ ਨਹੀਂ ਕਰ ਸਕਦੇ। ਮੰਨ ਲਓ ਮੈਂ ਉੱਤੇ ਕੋਈ ਪਾਸਵਰਡ ਲਾਤਾ ਜਾਂ ਕੁਛ ਵੀ ਕਰਤਾ, ਐਡੀਟਿੰਗ ਤੁਸੀਂ ਨਹੀਂ ਕਰ ਸਕਦੇ, ਸਿਰਫ ਪੜ੍ਹ ਸਕਦੇ ਹੋ। ਮੰਨ ਲਓ ਕੋਈ ਕਿਤਾਬ ਲੈ ਕੇ ਆਏ ਹੋ ਮਾਰਕੀਟ ਦੇ ਵਿੱਚੋਂ, ਸਿਰਫ ਤੁਸੀਂ ਉਹਨੂੰ ਪੜ੍ਹ ਸਕਦੇ ਹੋ। ਉਵੇਂ ਰਾਜੇ ਇੱਕ ਚਿੱਪ ਹੁੰਦੀ ਹੈ, ਮਦਰਬੋਰਡ ਦੇ ਉੱਪਰ ਇੱਕ ਚਿੱਪ ਲੱਗੀ ਹੁੰਦੀ ਹੈ, ਇੱਕ ਤਰ੍ਹਾਂ ਦੀ ਮੈਮਰੀ ਹੁੰਦੀ ਹੈ, ਇਹਨੂੰ ਸਿਰਫ ਤੁਸੀਂ ਪੜ੍ਹ ਸਕਦੇ ਹੋ, ਇਹਨੂੰ ਚੇਂਜ ਨਹੀਂ ਕਰ ਸਕਦੇ। ਹੁਣ ਇਹਦੇ ਵਿੱਚ ਹੁੰਦਾ ਕੀ ਹੈ? ਮੰਨ ਲਓ ਤੁਸੀਂ ਕੰਪਿਊਟਰ ਲੈ ਕੇ ਆਏ ਜਾਂ ਮੋਬਾਈਲ ਲੈ ਕੇ ਆਏ,
ਤੁਸੀਂ ਜਦੋਂ ਮੋਬਾਈਲ ਨੂੰ ਆਨ ਕਰਦੇ ਆ ਤੁਹਾਡੇ ਸਾਹਮਣੇ ਕੀ ਲਿਖਿਆ ਆ ਜਾਂਦਾ, ਜੋ ਵੀ ਕੰਪਨੀ ਦਾ ਮੋਬਾਈਲ ਹੈ ਸੈਮਸੰਗ ਦਾ ਹੈ ਸਾਹਮਣੇ, ਫਿਰ ਆਪਰੇਟਿੰਗ ਸਿਸਟਮ ਆ ਜਾਂਦਾ ਹੈ ਐਂਡਰਾਇਡ। ਉਵੇਂ ਕੰਪਿਊਟਰ ਦੇ ਵਿੱਚ ਕੀ ਆ ਜਾਂਦਾ ਜੀ, ਵੈਲਕਮ, ਵਿੰਡੋ 7, ਵਿੰਡੋ 10, ਵਿੰਡੋ ਐਕਸਪੀ, ਜੋ ਵੀ ਤੁਸੀਂ ਵਿੰਡੋ ਇੰਸਟਾਲ ਕੀਤੀ ਹੈ। ਇਹਨੂੰ ਕਹਿ ਦਿੰਦੇ ਆ ਜੀ ਸਟਾਰਟਅਪ ਰੂਟੀਨ, ਇਹਨੂੰ ਜਾਂ ਆਪਾਂ ਕਹਿ ਦਿੰਦੇ ਆ ਬਾਇਓ ਸੈਟਿੰਗ ਕਹਿ ਦਿੰਦੇ ਆ, ਬੇਸਿਕ ਇਨਪੁੱਟ ਆਊਟਪੁੱਟ ਸਿਸਟਮ ਕਹਿ ਦਿੰਦੇ ਆ, ਜਿਹਦੇ ਵਿੱਚ ਚੈੱਕ ਕਰਦਾ ਕੰਪਿਊਟਰ ਵੀ ਸਾਰੇ ਕੰਪੋਨੈਂਟ ਸਹੀ ਕੰਮ ਕਰ ਰਹੇ ਆ। ਜਾਂ ਆਪਾਂ ਨੂੰ ਐਂ ਕਹਿ ਦਿੰਦੇ ਆ ਵੀ ਡੇਲੀ ਰੂਟੀਨ ਜਾਂ ਰੂਟੀਨ ਆਫ ਕੰਪਿਊਟਰ, ਜਦੋਂ ਆਪਾਂ ਉਹਨੂੰ ਆਨ ਕਰਾਂਗੇ ਹਮੇਸ਼ਾ ਉਹ ਰੂਟੀਨ ਫੋਲੋ ਕਰੂਗਾ। ਉਹ ਸਾਰਾ ਕੁਝ ਕਿੱਥੇ ਸਟੋਰ ਹੁੰਦਾ, ਰੋਮ ਦੇ ਵਿੱਚ ਹੁੰਦਾ। ਤੇ ਰੋਮ ਕੀ ਹੁੰਦੀ ਹੈ ਰਾਜੇ, ਨੋਨ ਵੋਲੇਟਾਈਲ ਹੁੰਦੀ ਹੈ। ਕੀ ਹੁੰਦੀ ਹੈ? ਨੋਨ ਵੋਲੇਟਾਈਲ ਮੈਮਰੀ, ਇਹਨੂੰ ਆਪਾਂ ਚੇਂਜ ਨਹੀਂ ਕਰ ਸਕਦੇ, ਠੀਕ ਹੈ ਜੀ। ਇਹ ਪਰਮਾਨੈਂਟ ਮੈਮਰੀ ਹੁੰਦੀ ਹੈ, ਹੁਣ ਤਾਂ ਨਹੀਂ ਭੁੱਲਦੇ, ਪਰ ਹੁਣ ਜਦੋਂ ਸਟਾਰਟਿੰਗ ਦੇ ਵਿੱਚ ਕੱਲੀ ਰੋਮ ਹੀ ਆਈ ਸੀਗੀ, ਪਰ ਬਾਅਦ ਦੇ ਵਿੱਚ ਕੀ ਹੋ ਗਿਆ, ਐਡਵਾਂਸਮੈਂਟ ਆ ਗਈ ਹੈ। ਪਹਿਲਾਂ ਤੁਸੀਂ ਯਾਦ ਇਹੀ ਰੱਖਣਾ ਕਿ ਨੋਨ ਵੋਲੇਟਾਈਲ ਨੇਚਰ ਹੁੰਦੀ ਹੈ, ਇਹ ਪਹਿਲੀ ਪ੍ਰਾਇਮਰੀ ਮੈਮਰੀ ਹੈ ਜਿਹੜੀ ਨੋਨ ਵੋਲੇਟਾਈਲ ਹੁੰਦੀ ਹੈ। ਤੇ ਵੋਲੇਟਾਈਲ ਕਿਹੜੀ ਹੁੰਦੀ ਹੈ? ਉਹ ਰੈਮ ਹੁੰਦੀ ਹੈ। ਹੁਣ ਕਿਹੜੀ ਕਿਹੜੀ ਮੈਮਰੀ ਹੁੰਦੀ ਹੈ? ਕਹਿੰਦਾ ਪੀ ਰੋਮ ਹੁੰਦੀ ਹੈ, ਈਪੀ ਰੋਮ ਹੁੰਦੀ ਹੈ, ਡਬਲ ਈਪੀ ਰੋਮ, ਜਿੱਥੋਂ ਕੀ ਕੁਐਸਚਨ ਵਾਰ ਵਾਰ ਬਣਦਾ ਹੈ। ਪਹਿਲੀ ਗੱਲ, ਰੋਮ ਦੀ ਫੁੱਲ ਫਾਰਮ ਪੁੱਛੀ ਜਾਊਗੀ, ਰੀਡ ਓਨਲੀ ਮੈਮਰੀ। ਦੂਜਾ ਪੁੱਛਿਆ ਜਾਂਦਾ ਵੀ ਇਹਦੀ ਨੇਚਰ ਕੀ ਹੈ, ਵੋਲੇਟਾਈਲ ਕਿ ਨੋਨ ਵੋਲੇਟਾਈਲ? ਨੋਨ ਵੋਲੇਟਾਈਲ ਹੈ। ਤੇ ਤਿੰਨ ਤਰ੍ਹਾਂ ਦੀ ਜਾਂ ਚਾਰ ਤਰ੍ਹਾਂ ਦੀ ਮੈਮਰੀ ਹੁੰਦੀ, ਤੁਹਾਨੂੰ ਮੈਂ ਕਰਵਾਉਣਾ ਸਾਰੀ ਵਨ ਬਾਈ ਵਨ। ਅੱਛਾ, ਇੱਕ ਪੁੱਛ ਲੈਂਦੇ ਆ ਜੀ, ਕਹਿੰਦਾ ਜਿਹੜੀ ਇਹ ਮੈਮਰੀ ਹੁੰਦੀ ਨਾ, ਇਹਨੂੰ ਜਿਹੜੀ ਕੰਪਨੀ ਬਣਾਉਂਦੀ ਹੈ, ਠੀਕ ਹੈ, ਉਹ ਇਹਨੂੰ ਇਹਦੇ ਵਿੱਚ ਮਤਲਬ ਕਿ ਜਾਂ ਕਹਿ ਲਓ ਕੋਡ ਲਾ ਦਿੰਦੀ ਹੈ ਜਾਂ ਕੁਛ ਇਦਾਂ ਦਾ ਕਰ ਦਿੰਦੀ ਹੈ ਵੀ ਆਪਾਂ ਉਹਨੂੰ ਚੇਂਜ ਨਹੀਂ ਕਰ ਸਕਦੇ ਗੇ। ਤੇ ਇਹਨੂੰ ਕੀ ਕਹਿ ਦਿੰਦੇ ਆ ਰਾਜੇ? ਫਰਮਵੇਅਰ ਕਹਿ ਦਿੰਦੇ ਆ, ਫਰਮਵੇਅਰ। ਫਰਮ ਕੀ ਹੁੰਦਾ? ਇੱਕ ਕੰਪਨੀ, ਜਿਵੇਂ ਆਪਾਂ ਕਹਿ ਦਿੰਦੇ ਇੱਕ ਸੰਸਥਾ ਹੋ ਗਈ। ਤਾਂ ਕਹਿੰਦਾ ਦਾ ਪ੍ਰੋਗਰਾਮਸ ਵਿੱਚ ਆਰ ਐਜ ਪਰਮਾਨੈਂਟ ਐਜ ਹਾਰਡਵੇਅਰ ਐਂਡ ਸਟੋਰਡ ਇਨ ਦਾ ਰੋਮ ਇਜ਼ ਨੋਨ ਐਜ਼, ਤੈਨੂੰ ਕਹਿ ਦਿੰਦੇ ਆ ਜੀ ਫਰਮਵੇਅਰ। ਚਲੋ ਅੱਗੇ ਤਾਂ ਸਿੰਪਲ ਹੀ ਹੈ। ਕਹਿੰਦਾ ਡੈਸ਼ ਇਜ਼ ਅ ਟਾਈਪ ਆਫ ਮੈਮਰੀ ਦੈਟ ਹੋਲਡ ਦਾ ਕੰਪਿਊਟਰ ਸਟਾਰਟਅਪ ਰੂਟੀਨ, ਤਾਂ ਰੋਮ ਹੀ ਕਰਦੀ, ਤੁਹਾਨੂੰ ਮੈਂ ਦੱਸ ਕੇ ਹਟਿਆ। ਅੱਛਾ ਜੀ, ਹੁਣ ਰੋਮ ਦੇ ਅੱਗੇ ਫਰਦਰ ਟਾਈਪਸ ਹੈਗੀਆਂ ਨੇ। ਪਹਿਲੀ ਹੈਗੀ ਹੈ ਜੀ ਪੀ ਰੋਮ, ਤਾਂ ਯਾਦ ਰੱਖ ਲਿਓ ਰਾਜੇ, ਪੀ ਫੋਰ ਕੀ ਆ? ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਹੁਣ ਧਿਆਨ ਦੇ ਨਾਲ, ਇੱਥੇ ਤੁਸੀਂ ਪ੍ਰੋਗਰਾਮ ਨਹੀਂ ਲਿਖ ਸਕਦੇ ਗੇ, ਜੋ ਵਰਡ ਮੈਂ ਲਿਖਿਆ ਤੁਹਾਨੂੰ ਉਹੀ ਯਾਦ ਕਰਨਾ ਪਊਗਾ, ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਹੁਣ ਪ੍ਰੋਗਰਾਮੇਬਲ ਦਾ ਮਤਲਬ ਹੁੰਦਾ ਕਿ ਕੋਈ ਚੀਜ਼ ਇੱਕ ਵਾਰੀ ਆਪਾਂ ਮਤਲਬ ਕਿ ਉਹਦੇ ਵਿੱਚ ਇੰਸਟਰਕਸ਼ਨ ਪਾ ਦਈਆਂ, ਹੁਣ ਆਪਾਂ ਚੇਂਜ ਨਹੀਂ ਕਰ ਸਕਦੇ। ਮੰਨ ਲਓ ਆਹ ਚਿੱਪ ਲੈ ਕੇ ਆਇਆ ਮੈਂ, ਖਾਲੀ ਸੀਗੀ, ਇਹਦੇ ਵਿੱਚ ਮੰਨ ਲਓ ਮੈਂ ਕੋਈ ਸੌਂਗ ਭਰਤੇ, ਇਸ ਤੋਂ ਬਾਅਦ ਮੈਂ ਚੇਂਜ ਨਹੀਂ ਕਰ ਸਕਦਾ ਗਾ, ਤਾਂ ਮੈਂ ਇਹਨੂੰ ਕੀ ਕਰਤਾ, ਇਹਨੂੰ ਪ੍ਰੋਗਰਾਮ ਕਰਤਾ, ਤੈਨੂੰ ਕਹਿ ਦਿੰਦੇ ਆ ਜੀ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਕਲੀਅਰ ਹੈ ਜੀ? ਜ਼ਿਆਦਾ ਡਿਟੇਲ ਜਾਣ ਦੀ ਜ਼ਰੂਰਤ ਨਹੀਂ ਹੈਗੀ, ਇਹਦਾ ਡਾਟਾ ਆਪਾਂ ਮਤਲਬ ਕਿ ਚੇਂਜ ਨਹੀਂ ਕਰ ਸਕਦੇ ਸੀਗੇ, ਇਹ ਪਰਮਾਨੈਂਟ ਸਟੋਰ ਰਹਿੰਦੀ ਸੀਗੀ। ਓਕੇ ਹੈ ਜੀ। ਹੁਣ ਥੋੜੀ ਜਿਹੀ ਐਡਵਾਂਸਮੈਂਟ ਆਈ, ਟੈਕਨੋਲੋਜੀ ਚੇਂਜ ਹੋ ਗਈ, ਤਾਂ ਇਸ ਤੋਂ ਬਾਅਦ ਆ ਗਈ ਜੀ ਈ ਪੀ ਰੋਮ। ਹੁਣ ਇਹਦੀ ਫੁੱਲ ਫਾਰਮ ਵੀ ਯਾਦ ਰੱਖਣੀ ਹੈ, ਈ ਹੈਗਾ ਜੀ ਇਰੇਜ਼ੇਬਲ, ਪੀ ਹੈਗਾ ਜੀ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਥੋੜੀ ਜਿਹੀ ਐਡਵਾਂਸਮੈਂਟ ਆ ਗਈ, ਆਪਾਂ ਡਾਟਾ ਕੀ ਕਰ ਸਕਦੇ ਹਾਂ? ਅਰੇਜ਼ ਕਰ ਸਕਦੇ ਹਾਂ। ਕਿਹਦੀ ਹੈਲਪ ਦੇ ਨਾਲ ਅਰੇਜ਼ ਕਰਾਂਗੇ? ਅਲਟਰਾ ਵਾਇਲਟ ਰੇਜ਼ ਦੇ ਨਾਲ। ਇਹ ਯਾਦ ਰੱਖਣਾ ਜਿੱਥੋਂ ਕੁਐਸਚਨ ਬਣਦਾ ਹੈ ਕਿ ਜਿਹੜਾ ਈਪੀ ਰੋਮ ਹੁੰਦਾ ਹੈ ਉਹਦੇ ਵਿੱਚ ਡਾਟਾ ਜਿਵੇਂ ਡਿਲੀਟ ਹੁੰਦਾ, ਕਿਹਦੀ ਹੈਲਪ ਦੇ ਨਾਲ ਹੁੰਦਾ? ਅਲਟਰਾ ਵਾਇਲਟ ਰੇਜ਼ ਦੀ ਹੈਲਪ ਦੇ ਨਾਲ ਹੁੰਦਾ, ਠੀਕ ਹੈ ਜੀ। ਇਹ ਯਾਦ ਰੱਖ ਲਿਓ ਕਿ ਆਪਾਂ ਡਾਟਾ ਨੂੰ ਚੇਂਜ ਕਰ ਸਕਦੇ ਹਾਂ। ਅੱਗੇ ਗੱਲ ਕਰਦੇ ਹਾਂ ਜੀ, ਆ ਲਿਖਿਆ ਹੋਇਆ ਮੈਂ ਦੇਖੋ ਅਲਟਰਾ ਵਾਇਲਟ ਰੇਜ਼ ਮੋਸਟ ਇੰਪੋਰਟੈਂਟ ਹੈ, 99.9% ਇਹਦੀ ਫੁੱਲ ਫਾਰਮ ਹੀ ਆਉਂਦੀ, ਜਿਹੜੀ ਕਿ ਬੱਚੇ ਗਲਤ ਕਰਕੇ ਆਉਂਦੇ ਆ, ਕਿਉਂਕਿ ਐਗਜ਼ਾਮੀਨਰ ਬੜਾ ਚਲਾਕ ਹੈ, ਉਹ ਇੱਥੇ ਕੀ ਲਿਖ ਦਿੰਦਾ? ਇਲੈਕਟ੍ਰੋਨਿਕਲੀ ਲਿਖ ਦਿੰਦਾ। ਤੇ 80% ਬੱਚਿਆਂ ਨੂੰ ਹਜੇ ਤੱਕ ਇਹ ਨਹੀਂ ਪਤਾ ਵੀ ਇਲੈਕਟ੍ਰੋਨਿਕਲੀ ਤੇ ਇਲੈਕਟ੍ਰੀਕਲੀ ਦੇ ਵਿੱਚ ਕੀ ਫਰਕ ਹੈ, ਠੀਕ ਹੈ। ਤਾਂ ਰਾਜੀ ਯਾਦ ਰੱਖਣਾ, ਈ ਫੋਰ ਇਲੈਕਟ੍ਰੀਕਲੀ, ਈ ਫੋਰ ਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਦੇਖੋ ਪਹਿਲਾਂ ਕੀ ਆਈ ਸੀਗੀ? ਰੋਮ ਆਈ ਸੀਗੀ, ਰੈਂਡਮ ਅਸੈਸ ਮੈਮਰੀ, ਫਿਰ ਕੀ ਆ ਗਈ? ਪ੍ਰੋਗਰਾਮੇਬਲ ਰੈਂਡਮ ਅਸੈਸ ਰੀਡ ਓਨਲੀ ਮੈਮਰੀ, ਫਿਰ ਆ ਗਈ ਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ, ਫਿਰ ਕੀ ਆ ਗਈ? ਇਲੈਕਟ੍ਰੀਕਲੀ ਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਈ ਫੋਰ ਇਲੈਕਟ੍ਰੀਕਲੀ ਯਾਦ ਰੱਖਣਾ ਬੇਟੇ, ਬਹੁਤ ਬੱਚੇ ਮੈਨੂੰ ਵੀ ਪੁੱਛਦੇ ਆ, ਤੇ ਉਹ ਬੁੱਕਸ ਦੇ ਵਿੱਚ ਗਲਤ ਲਿਖਿਆ ਹੋਇਆ, ਕਈ ਬੁੱਕਸ ਦੇ ਵਿੱਚ ਇਲੈਕਟ੍ਰੋਨਿਕਲੀ ਲਿਖਿਆ ਹੋਇਆ। ਹੁਣ ਇਹਦੇ ਵਿੱਚ ਜਿਹੜਾ ਡਾਟਾ ਚੇਂਜ ਕਰਦੇ ਆ ਬੇਟੇ, ਵਿਦ ਦੀ ਹੈਲਪ ਆਫ ਕੀ ਕਰਦੇ ਆ? ਇਲੈਕਟ੍ਰਿਕ ਚਾਰਜ ਚੇਂਜ ਕਰਦੇ ਆ। ਪਹਿਲਾਂ ਕੀ ਕਰਦੇ ਸੀਗੇ? ਅਲਟਰਾ ਵਾਇਲਟ ਰੇਜ਼ ਦੇ ਨਾਲ ਕਰਦੇ ਸੀਗੇ, ਪਰ ਇਹਦੇ ਵਿੱਚ ਕੀ ਕਰਦੇ ਆ ਰਾਜੇ? ਇਲੈਕਟ੍ਰੀਕਲੀ ਚਾਰਜ ਦੇ ਨਾਲ ਕਰਦੇ ਆ। ਇਹ ਯਾਦ ਰੱਖ ਲਿਓ ਬਸ, ਓਕੇ ਹੈ ਜੀ। ਤਾਂ ਇਲੈਕਟ੍ਰੀਕਲੀ ਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ। ਤੇ ਤੁਹਾਡੀ ਮੇਨ ਮੈਮਰੀ ਮੈਂ ਖਤਮ ਕਰਤੀ ਹੈ ਰਾਜੇ, ਜਿਹਦੇ ਵਿੱਚ ਮੈਂ ਰੋਮ ਕਰਵਾਤਾ, ਰੋਮ ਦੀਆਂ ਟਾਈਪਸ ਕਰਵਾਤੀਆਂ, ਰੈਮ ਕਰਵਾਤਾ, ਰੈਮ ਦੀਆਂ ਸਾਰੀਆਂ ਟਾਈਪਸ ਕਰਵਾਤੀਆਂ, 101% ਕਰਵਾਤਾ। ਕੋਈ ਵੀ ਕੁਐਸਚਨ ਤੁਹਾਡਾ ਨਹੀਂ ਰਹਿੰਦਾ, ਚਾਹੇ ਤੁਸੀਂ ਸਬ ਇੰਸਪੈਕਟਰ ਦੇਣਾ ਪੰਜਾਬ ਪੁਲਿਸ, ਚਾਹੇ ਤੁਸੀਂ ਕਲਰਕ ਆਈਟੀ ਦੇਣਾ, ਚਾਹੇ ਕਲਰਕ ਦੇਣਾ, ਚਾਹੇ ਫਿਰ ਕਲਰਕ ਅਕਾਊਂਟ ਦੇਣਾ, ਠੀਕ ਹੈ ਜੀ। ਵੀਡੀਓ ਲੰਬੀ ਹੋ ਸਕਦੀ ਹੈ, ਬਟ ਇੰਟਰਸਟਿੰਗ ਹੋਊਗੀ ਤੇ ਤੁਹਾਡੇ ਕੰਮ ਆਊਗੀ, ਇਹ ਗਰੰਟੀ ਹੈ। ਅੱਗੇ ਗੱਲ ਕਰਦੇ ਹਾਂ ਜੀ ਸੈਕੰਡਰੀ ਮੈਮਰੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਸਟੋਰੇਜ। ਹੁਣ ਕੰਪਿਊਟਰ ਦੇ ਉੱਪਰ ਆਪਾਂ ਕੋਈ ਪਰਸਨਲ ਡਾਟਾ ਸਟੋਰ ਕਰਨਾ, ਆਪਣੀਆਂ ਫੋਟੋਆਂ ਕਰਨੀਆਂ, ਆਪਣੀਆਂ ਵੀਡੀਓਜ਼ ਕਰਨੀਆਂ ਨੇ, ਆਪਣੀਆਂ ਕੋਈ ਚੈਟ ਸਟੋਰ ਕਰਨੀ ਹੈ, ਕੋਈ ਪੀਡੀਐਫ ਸਟੋਰ ਕਰਨੀ ਹੈ,
ਉਹ ਆਪਾਂ ਜਿੱਥੇ ਸਟੋਰ ਕਰ ਸਕਦੇ ਹਾਂ ਉਸ ਨੂੰ ਕਹਿ ਦਿੰਦੇ ਆ ਜੀ ਸੈਕੰਡਰੀ ਮੈਮਰੀ। ਇਹ ਕੀ ਹੁੰਦੀ ਹੈ ਜੀ ਪਰਮਾਨੈਂਟ ਮੈਮਰੀ ਹੁੰਦੀ ਹੈ ਜਾਂ ਆਪਾਂ ਨੂੰ ਕਹਿ ਦਿੰਦੇ ਆ ਨੌਨ ਵੋਲੇਟਾਈਲ ਮੈਮਰੀ, ਠੀਕ ਹੈ ਜੀ। ਤਾਂ ਇਹਦਾ ਕੋਈ ਚੱਕਰ ਨਹੀਂ ਹੈਗਾ, ਲਾਈਟ ਭੱਜ ਜਾਵੇ, ਲਾਈਟ ਹੋਵੇ ਚਾਹੇ ਜੋ ਮਰਜ਼ੀ ਹੋਵੇ, ਇਹ ਡਾਟਾ ਸਟੋਰ ਹੀ ਰਹੂਗਾ। ਜਿੰਨੀ ਵਾਰੀ ਕੰਪਿਊਟਰ ਆਨ ਕਰੋਗੇ ਤੁਹਾਡੀਆਂ ਫੋਟੋਆਂ ਉੱਥੇ ਪਈਆਂ ਹੋਣਗੀਆਂ, ਜਿੰਨੀ ਵਾਰੀ ਮੋਬਾਈਲ ਆਨ ਕਰੋਗੇ ਤੁਹਾਡੀਆਂ ਵੀਡੀਓਜ਼ ਪਈਆਂ ਹੋਣਗੀਆਂ। ਅੱਛਾ ਜੀ, ਹੁਣ ਜਿਹੜੀ ਇਹ ਮੈਮਰੀ ਹੁੰਦੀ ਹੈ, ਦੇਖੋ ਜਿਹੜੀ ਰੈਮ ਹੈਗੀ ਆ, ਰੈਮ ਨੂੰ ਆਪਾਂ ਕਹਿ ਦਿੰਦੇ ਹਾਂ ਰੈਂਡਮ ਸੈਸ, ਕੋਈ ਵੀ ਕਿਤੋਂ ਵੀ ਆਪਾਂ ਡਾਟਾ ਚੱਕ ਸਕਦੇ ਹਾਂ। ਬਟ ਇਹਦੇ ਵਿੱਚ ਨਾ ਹੌਲੀ ਹੌਲੀ ਟੈਕਨੋਲੋਜੀ ਨੇ ਗਰੋ ਕੀਤਾ। ਪਹਿਲਾਂ ਇਹਦੇ ਵਿੱਚ ਆਉਂਦੀ ਸੀਗੀ ਸਿਕੁਐਂਸ਼ੀਅਲ ਮੈਮਰੀ, ਹੁਣ ਕੀ ਆ ਗਈ ਡਾਇਰੈਕਟ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰੈਂਡਮ। ਤਾਂ ਸਿਕੁਐਂਸ਼ੀਅਲ ਤੁਹਾਨੂੰ ਮੈਂ ਦੱਸਿਆ ਹੋਇਆ, ਜਿਹਨੇ ਰੀਲ ਹੁੰਦੀ ਹੈ, ਕੈਸਟ ਹੁੰਦੀ ਹੈ, ਉਹਦੇ ਵਿੱਚ ਆਪਾਂ ਸੀਰੀਜ਼ ਦੇ ਵਿੱਚ ਹੀ ਕੋਈ ਡਾਟਾ ਸਟੋਰ ਕਰ ਸਕਦੇ ਹਾਂ, ਪਹਿਲਾ ਦੂਜਾ ਤੀਜਾ ਚੌਥਾ, ਉਹਨੂੰ ਕਹਿ ਦਿੰਦੇ ਆ ਜੀ ਸਿਕੁਐਂਸ਼ੀਅਲ। ਡਾਇਰੈਕਟ ਦਾ ਮਤਲਬ ਕੀ, ਜਿਵੇਂ ਹੁਣ ਯੂਐਸਬੀ ਆ ਗਈ, ਯੂਐਸਬੀ ਦੇ ਵਿੱਚ ਮਤਲਬ ਚਾਰ ਗਾਣੇ ਆ, ਪੰਜ ਗਾਣੇ ਆ, ਡਾਇਰੈਕਟ ਮੈਂ ਫੋਰਥ ਗਾਣਾ ਵੀ ਸੁਣ ਸਕਦਾ, ਸੈਕੰਡ ਵੀ ਸੁਣ ਸਕਦਾ, ਠੀਕ ਹੈ ਜੀ। ਤਾਂ ਇਹ ਚੀਜ਼ਾਂ ਯਾਦ ਰੱਖੀਆਂ ਨੇ, ਜਿਹੜੀ ਸੈਕੰਡਰੀ ਮੈਮਰੀ ਹੁੰਦੀ ਹੈ ਉਹ ਸਿਕੁਐਂਸ਼ੀਅਲ ਵੀ ਹੋ ਸਕਦੀ ਹੈ, ਡਾਇਰੈਕਟ ਵੀ ਹੋ ਸਕਦੀ ਹੈ, ਜਾਂ ਫਿਰ ਰੈਂਡਮ ਵੀ ਹੋ ਸਕਦੀ ਹੈ। ਓਕੇ ਹੈ ਜੀ, ਅੱਗੇ ਚੱਲਦੇ ਹਾਂ। ਅੱਛਾ, ਇੱਕ ਵਰਡ ਯੂਜ਼ ਕੀਤਾ ਜਾਂਦਾ ਸੈਕੰਡਰੀ ਵਾਸਤੇ, ਆਗਜ਼ਿਲਰੀ ਮੈਮਰੀ। ਤਾਂ ਰਾਜੇ ਸੈਕੰਡਰੀ ਮੈਮਰੀ ਨੂੰ ਹੀ ਆਗਜ਼ਿਲਰੀ ਮੈਮਰੀ ਕਹਿੰਦੇ ਆ, ਇਹ ਵੀ ਕੁਐਸਚਨ ਮੋਸਟ ਮੋਸਟ ਇੰਪੋਰਟੈਂਟ ਹੈ, ਵਾਰ ਵਾਰ ਪੁੱਛਿਆ ਜਾਂਦਾ ਹੈ। ਚਲੋ, ਆ ਤੁਹਾਨੂੰ ਪਤਾ ਹੀ ਹੈ ਰਾਜੇ ਸਟੋਰੇਜ ਕੀ ਹੁੰਦੀ ਹੈ, ਨੋਨ ਵੋਲੇਟਾਈਲ ਇਨ ਨੇਚਰ ਹੁੰਦੀ ਹੈ, ਠੀਕ ਹੈ। ਅੱਛਾ, ਹੁਣ ਗੱਲ ਕਰਦੇ ਜਿਹੜੀ ਰਾਜੇ ਸਟੋਰੇਜ ਹੁੰਦੀ ਹੈ ਨਾ, ਸਟੋਰੇਜ ਜਾਂ ਸੈਕੰਡਰੀ ਮੈਮਰੀ, ਇਹ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਤਾਂ ਮੈਗਨੈਟਿਕ ਤੇ ਇੱਕ ਹੁੰਦੀ ਹੈ ਆਪਟੀਕਲ। ਹੁਣ ਵਰਡ ਮੈਗਨੈਟਿਕ ਤੇ ਆਪਟੀਕਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤੁਸੀਂ ਵਰਡ ਸੁਣਿਆ ਹੋਊਗਾ ਹਾਰਡ ਡਿਸਕ, ਹਾਰਡ ਡਿਸਕ ਸੁਣਿਆ ਹੋਇਆ ਤੁਸੀਂ, ਤੁਸੀਂ ਜਾਂ ਫਿਰ ਫਲੋਪੀ ਸੁਣਿਆ ਹੋਊਗਾ ਜਿਹੜੇ ਪੁਰਾਣੇ ਬੱਚੇ ਹੋਣਗੇ, ਜਾਂ ਫਿਰ ਤੁਸੀਂ ਸੀਡੀ ਸੁਣਿਆ, ਡੀਵੀਡੀ ਸੁਣਿਆ, ਠੀਕ ਹੈ, ਯੂਐਸਬੀ ਵੀ ਸੁਣਿਆ ਹੋਊਗਾ। ਚਲੋ, ਇੰਨਾ ਵੀ ਯਾਦ ਰੱਖ ਲਿਓ, ਜਿਹੜੀ ਰਾਜੇ ਹਾਰਡ ਡਿਸਕ ਹੁੰਦੀ ਜਾਂ ਫਲੋਪੀ ਹੁੰਦੀ ਨਾ, ਉਹਦੇ ਵਿੱਚ ਇੱਕ ਮੈਗਨੈਟਿਕ ਮੀਡੀਅਮ ਯੂਜ਼ ਕੀਤਾ ਜਾਂਦਾ ਹੈ। ਤਾਂ ਇਹ ਕੀ ਹੁੰਦੀ ਹੈ, ਤੁਹਾਡੀ ਮੈਗਨੈਟਿਕ ਮੈਮਰੀ ਹੁੰਦੀ ਹੈ। ਇਹਦੇ ਵਿੱਚ ਰਾਜੇ ਲੇਜ਼ਰ ਬੀਮ ਯੂਜ਼ ਕੀਤੀ ਜਾਂਦੀ ਹੈ, ਠੀਕ ਹੈ, ਇਹ ਹੁੰਦੀ ਹੈ ਜੀ ਤੁਹਾਡੀ ਆਪਟੀਕਲ, ਠੀਕ ਹੈ। ਤਾਂ ਬਸ ਟੈਕਨੋਲੋਜੀ ਦੇ ਬੇਸ ਦੇ ਉੱਪਰ ਇਹਨੂੰ ਕੀ ਕੀਤਾ ਜਾਂਦਾ, ਵੱਖਰਾ ਵੱਖਰਾ ਕੀਤਾ ਜਾਂਦਾ, ਇੱਕ ਮੈਗਨੈਟਿਕ ਮੀਡੀਅਮ ਯੂਜ਼ ਕਰਦਾ, ਇੱਕ ਕੀ ਕਰਦਾ, ਲੇਜ਼ਰ ਨੂੰ ਯੂਜ਼ ਕਰਦਾ, ਬਸ ਇੰਨਾ ਵੀ ਯਾਦ ਰੱਖ ਲਿਓ। ਅੱਗੇ ਗੱਲ ਕਰਦੇ ਆ ਜੀ, ਠੀਕ ਹੈ, ਆਪਟੀਕਲ ਦੇ ਵਿੱਚ ਤੁਹਾਨੂੰ ਦੱਸਿਆ ਲੇਜ਼ਰ ਬੀਮ ਯੂਜ਼ ਹੁੰਦੀ ਹੈ। ਅੱਛਾ ਜੀ, ਹੁਣ ਆਪਾਂ ਪਹਿਲੀ ਕਰਦੇ ਹਾਂ, ਸਭ ਤੋਂ ਪਹਿਲੀ ਮੈਮਰੀ ਕਿਹੜੀ ਹੈ, ਮੈਗਨੈਟਿਕ ਟੇਪ, ਜਿਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਕੈਸਟ ਕਹਿ ਦਿੰਦੇ ਹਾਂ, ਰੀਲ ਕਹਿ ਦਿੰਦੇ ਹਾਂ। ਅੱਜ ਕੱਲ੍ਹ ਤੈਨੂੰ ਕੋਈ ਵੀ ਯੂਜ਼ ਨਹੀਂ ਕਰਦਾ, ਸਟਾਰਟਿੰਗ ਦੇ ਵਿੱਚ ਇਹਨੂੰ ਯੂਜ਼ ਕਰਦੇ ਸੀਗੇ ਰਾਜੇ। ਤਾਂ ਇਹਦੇ ਵਿੱਚ ਕੀ ਸੀਗਾ, ਡਾਟਾ ਕੀ ਕਰਦੇ ਸੀ, ਆਪਾਂ ਸਿਕੁਐਂਸ਼ੀਅਲੀ ਅਸੈਸ ਕਰ ਸਕਦੇ ਸੀਗੇ, ਬਸ ਇਹੀ ਯਾਦ ਰੱਖਣਾ। ਐਗਜ਼ਾਮਪਲ ਪੁੱਛ ਲੈਂਦੇ ਹੁੰਦੇ ਆ ਕਿ ਏਟ ਲਿਖਿਆਂ ਵਿੱਚੋਂ ਕਿਹੜੀ ਮੈਮਰੀ ਸਿਕੁਐਂਸ਼ੀਅਲ ਅਸੈਸ ਵਾਲੀ ਹੈ, ਤਾਂ ਉੱਥੇ ਆਨਸਰ ਦੇ ਵਿੱਚ ਕੀ ਲਿਖਿਆ ਹੋਊਗਾ ਤੁਹਾਡਾ, ਮੈਗਨੈਟਿਕ ਟੇਪ, ਠੀਕ ਹੈ, ਮੈਗਨੈਟਿਕ ਡਿਸਕ ਨਹੀਂ। ਬਹੁਤ ਫਰਕ ਹੈ ਮੈਗਨੈਟਿਕ ਡਿਸਕ ਤੇ ਮੈਗਨੈਟਿਕ ਟੇਪ ਦੇ ਵਿੱਚ। ਮੈਗਨੈਟਿਕ ਡਿਸਕ ਕੀ ਹੋ ਸਕਦੀ ਹੈ, ਹਾਰਡ ਡਿਸਕ ਵੀ ਹੋ ਸਕਦੀ ਹੈ, ਫਲੋਪੀ ਡਿਸਕ ਵੀ ਹੋ ਸਕਦੀ ਹੈ, ਬਟ ਮੈਗਨੈਟਿਕ ਟੇਪ ਕਿਹੜੀ ਹੋਗੀ ਤੁਹਾਡੀ, ਕੈਸਟ ਹੋਗੀ। ਅੱਗੇ ਗੱਲ ਕਰਦੇ ਹਾਂ ਜੀ, ਠੀਕ ਹੈ, ਚਲੋ ਆ ਲਿਖਿਆ ਹੀ ਹੋਇਆ, ਕਹਿੰਦਾ ਵਿੱਚ ਸਟੋਰੇਜ ਡਿਵਾਈਸ ਇਜ਼ ਮਾਊਂਟਡ ਔਨ ਦ ਰੀਲ, ਤਾਂ ਰੀਲ ਦੇ ਉੱਪਰ ਕੌਣ ਹੁੰਦਾ, ਮੈਗਨੈਟਿਕ ਟੇਪ। ਅਗਲੀ ਗੱਲ ਕਰਦੇ ਹਾਂ ਜੀ ਮੈਗਨੈਟਿਕ ਡਿਸਕ ਦੀ ਕਰਦੇ ਹਾਂ। ਮੈਗਨੈਟਿਕ ਡਿਸਕ ਜਿਹੜਾ ਮੀਡੀਅਮ ਹੈਗਾ ਇਹ ਰਾਜੇ ਡਾਇਰੈਕਟ ਅਸੈਸ ਵੀ ਹੈਗਾ, ਠੀਕ ਹੈ, ਆਪਾਂ ਡਾਇਰੈਕਟਲੀ ਕਿਤੋਂ ਵੀ ਫੋਟੋਆਂ ਚੱਕ ਸਕਦੇ ਹਾਂ। ਮੰਨ ਲਓ ਤੁਹਾਡੇ ਮੋਬਾਈਲ ਦੇ ਵਿੱਚ ਕੀ ਹੈ, ਕਿੰਨੀਆਂ ਫੋਟੋਆਂ ਪਈਆਂ ਹੁੰਦੀਆਂ, ਆਪਾਂ ਡਾਇਰੈਕਟਲੀ ਕੋਈ ਫੋਟੋ ਚੂਜ਼ ਕਰ ਸਕਦੇ ਹਾਂ, ਕੋਈ ਫਾਈਲ ਚੂਜ਼ ਕਰ ਸਕਦੇ ਹਾਂ। ਤਾਂ ਇਹ ਆ ਗਈ ਜੀ ਤੁਹਾਡੀ ਹਾਰਡ ਡਿਸਕ, ਹਾਰਡ ਡਿਸਕ ਆ ਜਾਂਦੀ ਹੈ, ਫਲੋਪੀ ਡਿਸਕ ਆ ਜਾਂਦੀ ਹੈ, ਇਹਦੇ ਵਿੱਚ ਕੀ ਹੁੰਦਾ, ਮੈਗਨੈਟਿਕ ਮੀਡੀਅਮ ਯੂਜ਼ ਹੁੰਦਾ, ਤੇ ਨੌਨ ਵੋਲੇਟਾਈਲ ਨੇਚਰ ਤਾਂ ਹੈਗੀ ਹੈ, ਠੀਕ ਹੈ ਜੀ। ਤੇ ਇਹਦੇ ਵਿੱਚ ਆ ਜਾਏਗੀ ਹਾਰਡ ਡਿਸਕ ਤੇ ਫਲੋਪੀ ਡਿਸਕ। ਹੁਣ ਫਲੋਪੀ ਡਿਸਕ ਬਾਰੇ ਘੱਟ ਪਤਾ ਹੋਊਗਾ ਕਿਉਂਕਿ ਇਹ ਹੁਣ ਯੂਜ਼ ਨਹੀਂ ਹੁੰਦੀ, ਬਟ ਹਾਰਡ ਡਿਸਕ ਬਾਰੇ ਸਾਰਿਆਂ ਨੂੰ ਪਤਾ ਹੋਊਗਾ, ਠੀਕ ਹੈ। ਹੁਣ ਤਾਂ ਹਾਰਡ ਡਿਸਕ ਦਾ ਵੀ ਅਗਲਾ ਵਰਜ਼ਨ ਆ ਗਿਆ SSD, ਸੋਲਿਡ ਸਟੇਟ ਡਰਾਈਵ, ਠੀਕ ਹੈ। ਇਹਦੇ ਬਾਰੇ ਮੈਂ ਲਿਖਣਾ ਭੁੱਲ ਗਿਆ, ਬਸ ਇਹਦੀ ਫੁੱਲ ਫਾਰਮ ਯਾਦ ਰੱਖ ਲਿਓ, ਕੋਆਪਰੇਟਿਵ ਬੈਂਕ ਦੇ ਵਿੱਚ ਆਈ ਸੀਗੀ, ਕੋਈ ਗੱਲ ਨਹੀਂ, ਜੇ ਰਹਿ ਗਿਆ ਕੋਈ ਚੀਜ਼ ਤਾਂ ਆਪਾਂ MCQ ਦੇ ਵਿੱਚ ਕਵਰ ਕਰ ਦਾਂਗੇ, ਠੀਕ ਹੈ, SSD ਸੋਲਿਡ ਸਟੇਟ ਡਰਾਈਵ। ਤਾਂ ਹਾਰਡ ਡਿਸਕ ਕੀ ਹੈ ਰਾਜੇ, ਠੀਕ ਹੈ, ਜਿਹਨੂੰ ਪਹਿਲਾਂ ਮੈਨਚੈਸਟਰ ਡਿਸਕ ਵੀ ਬੋਲਦੇ ਸੀਗੇ ਪੁਰਾਣੇ ਟਾਈਮ ਤੇ, ਹਾਰਡ ਡਿਸਕ ਉੱਤੇ ਬਣੀ ਆ। ਤਾਂ ਹਾਰਡ ਡਿਸਕ ਦੇ ਵਿੱਚ ਕੀ ਹੁੰਦਾ ਰਾਜੇ, ਉੱਪਰ ਸਾਰਾ ਮੈਗਨੈਟਿਕ ਮੀਡੀਅਮ ਹੁੰਦਾ, ਤਾਂ ਇਹਨੂੰ ਕੀ ਆਪਾਂ ਹਾਰਡ ਡਰਾਈਵ ਵੀ ਬੋਲ ਦਿੰਦੇ, ਜਾਂ ਫਿਰ ਇੱਥੇ ਕੁਐਸਚਨ ਆ ਜਾਂਦਾ ਹੁੰਦਾ HDD ਤੋਂ ਕੀ ਭਾਵ ਹੈ, ਫੁੱਲ ਫਾਰਮ ਪੁੱਛ ਲੈਂਦੇ ਆ, ਇਹਨੂੰ ਕਹਿ ਦਿੰਦੇ ਆ ਜੀ ਹਾਰਡ ਡਿਸਕ ਡਰਾਈਵ, ਠੀਕ ਹੈ ਜੀ। ਤੇ ਇਹ ਨੌਨ ਵੋਲੇਟਾਈਲ ਹੁੰਦੀ ਹੈ ਬੇਟੇ, ਤੇ ਠੀਕ ਹੈ ਜੀ, ਨੌਨ ਵੋਲੇਟਾਈਲ ਨੇਚਰ ਹੁੰਦੀ ਹੈ, ਤੇ ਇਹਦੀ ਕਪੈਸਿਟੀ ਵੱਧ ਹੁੰਦੀ ਹੈ, ਜਿਵੇਂ 200 ਤੋਂ 250 ਤੋਂ ਲੈ ਕੇ 500 GB ਵੀ ਹੋ ਸਕਦੀ ਹੈ। ਰੈਮ ਦੀ ਘੱਟ ਹੁੰਦੀ ਹੈ, ਬਾਕੀ ਨਾਲੋਂ ਸਭ ਤੋਂ ਵੱਧ ਕਪੈਸਿਟੀ ਕਿਹਦੀ ਹੁੰਦੀ ਹੈ, ਹਾਰਡ ਡਿਸਕ ਦੀ ਹੁੰਦੀ ਹੈ। ਅੱਗੇ ਗੱਲ ਕਰਦੇ ਹਾਂ ਰਾਜੇ, ਕਪੈਸਿਟੀ ਆਫ ਹਾਰਡ ਡਿਸਕ, ਕਹਿੰਦਾ ਗੀਗਾਬਾਈਟ, ਅੱਜ ਕੱਲ੍ਹ ਤਾਂ ਗੀਗਾਬਾਈਟ ਟੈਰਾਬਾਈਟ ਦੇ ਵਿੱਚ ਵੀ ਆਉਣ ਲੱਗ ਗਈ ਹੈ, ਠੀਕ ਹੈ। ਆ ਸਾਰੀ ਹਾਰਡ ਡਿਸਕ ਆ ਬਈ, ਇਹਦਾ ਇੰਟਰਨਲ ਸਟਰਕਚਰ ਹੈ ਸਾਰਾ ਹਾਰਡ ਡਿਸਕ ਦਾ, ਬਸ ਇੰਨਾ ਯਾਦ ਰੱਖਣ ਦੀ ਜ਼ਰੂਰਤ ਨਹੀਂ, ਬਸ ਸ਼ਕਲ ਦੇਖ ਲਓ, ਕਈ ਵਾਰੀ ਯਾਦ ਆ ਜਾਂਦਾ ਦਿਮਾਗ ਦੇ ਵਿੱਚ। ਅਗਲੀ ਜਿਹੜੀ ਮੈਗਨੈਟਿਕ ਡਿਸਕ ਹੈਗੀ ਰਾਜੇ, ਉਹ ਹੈਗੀ ਆ ਫਲੋਪੀ ਡਿਸਕ ਡਰਾਈਵ, ਜਿਹਨੂੰ FDD ਕਹਿ ਦਿੰਦੇ ਆ, ਫਲੋਪੀ ਡਿਸਕ ਡਰਾਈਵ।
मतलब कि इथों ही बनी है, जिन्हों आप पोर्टेबल है, जिन्हों आप मूव करा सकते हैं एक जगह तो दूजी जगह के, आप जेब च पा के लिजा सकते हैं, जिम्मे हार्ड डिस्क आप कढ़ नहीं सकते गे, हार्ड डिस्क तो फिक्स होंगी कंप्यूटर के, पर यूएसबी होगी, पेन ड्राइव होगी, सिम कार्ड हो गया, ओ सॉरी सिम कार्ड कह रहा मैं, दूसरा कार्ड जिद गाने वगैरह स्टोर करते हैं, स्टोरेज कार्ड उन्होंने आप कढ़ के लिजा सकते हैं, पोर्टेबल होंगे ठीक है। तो फ्लॉपी डिस्क की होंगे राजे, एक मैगनैटिक स्टोरेज मीडियम है जरा कंप्यूटर सिस्टम वरत्या जाता है, तो यह की है प्लास्टिक कवर वाली होंगी है राजे, स्केयर कवर होंगे प्लास्टिक का, थोड़ा मैं दिखा भी दिना, इदा की होंगी फ्लॉपी डिस्क ड्राइव ठीक है। तो इनू एफ डी डी भी बोल देंगे राजे, फ्लॉपी डिस्क ड्राइव भी बोल देंगे है, यह बेसिकली वर्ती कल वास्ते आती डाटा का बैकअप लेना हो, कोई फाइलां ट्रांसफर करनिया हो ठीक है, सॉफ्टवेयर पाने हो, थोड़े बहुत छोटे सॉफ्टवेयर पै जाते हैं। हुण क्वेश्चन पेपर के पूछा जाता है राजे, यह दो वेरियंटा के आई सी, एक तो 5.25 साइज की सी, 5.25 इंच, एक 3.5 इंच की आई सी, जी सब तो ज्यादा पॉपुलर हुई है राजे 3.5 इंच की हुई है। इतों क्वेश्चन पूछा जाता है जी 3.5 इंच की फ्लॉपी सी कि डाटा स्टोर करती थी, तो राजे याद रखियो 1.44 MB डाटा स्टोर करती थी, ऑप्शन की पाया होगा 1.44 MB, 1.44 GB, 1.44 KB, बच्चे कन्फ्यूज हो जाते हैं, तो याद रख लो 1.44 MB डाटा स्टोर करती थी, कि 3.5 इंच की, 5.5 इंच का कदे नहीं पूछा जाता क्योंकि वह इन्नी चली नहीं सी। अगे गल करते हैं जी, हम अपनी अगे आ गया जी, ऑप्टिकल डिस्क आ गई सारिया, ऑप्टिकल डिस्क वह सारिया डिस्क ने जिद लेजर बीम वरती जाती है, जिमें सी डी होगी थोड़ी, DVD होगी ठीक है, यह सारिया की ने अजक जिम्मे ब्लू रे डिस्क आ गई है, एडवांस वर्जन आ गया वह ठीक है, तो यह सारिया की ने राजे ऑप्टिकल डिस्क होंगे ने ठीक है। अगे चलते हैं जी, आप हूँ सी डी की फुल फॉर्म याद रखनी है, कई बच्चे ना सी डी की फुल फॉर्म भी गलत करके आए हैं, तो यह होंगी है जी कॉम्पैक्ट डिस्क होंगी है, कई बच्चे सर्कुलर डिस्क ला के आ गए हैं, सर्कुलर डिस्क नहीं होंगी राजे, कॉम्पैक्ट डिस्क होंगी है। हाँ क्वेश्चन यह पूछा गया इसका साइज की होंगे, मतलब कि शेप किमें होंगी है, तो शेप यदि सर्कुलर ही होंगी है, बट यदि फुल फॉर्म के नाम की है कॉम्पैक्ट डिस्क होंगे ठीक है, याद रख लियो। हुण जिहड़ी सी डी होंदी है राजे, सी डी नूं चलाउण वास्ते हुण जिवें मान लो कंप्यूटर है, कंप्यूटर विच आपां सी डी पाउणी है, तां इक ड्राइव बार आउंदी है, जिहड़ी सी डी रख दिंदे आ उह अंदर जा के रीड करदी है, हुण आपां की कह दिंदे आ राजे, सी डी रोम कह दिंदे आ। तां इह जेल सुपरिटेंडेंट दे विच पुछिआ गिआ सीगा सी डी रोम दी फुल फॉर्म की है राजे, कॉम्पैक्ट डिस्क रीड ओनली मैमरी। हुण सी डी भी दो तीन तरह की होंदी है राजे, एक होंदी है सी डी आर, एक होंदी है जी सी डी आर डबल्यू। हुण इहदे विच की फर्क है, स्टार्टिंग जो सी डी आई सी ना उसके करते, मान लो आ सी डी है, सी डी आप एक बार डाटा भरता ना तो दोबारा चेंज नहीं कर सकते, सिर्फ आप पढ़ सकते, मान लो मैं कोई फिल्म ये पाती है, वह फिल्म मैं बार बार देख ही सकता पर फिल्म चेंज नहीं कर सकता, इनू कह देंगे जी सी डी, कला सी डी कह लो या सी डी आर कह लो इको गल ही है, इनू कह देंगे जी सी डी रीडेबल, ओनली आप रीड कर सकते हैं। पर उस तो बाद एडवांस आ गई सी डी कि मान लो मैं एक बार फिल्म पाती है, उस तो बाद मैं चेंज करके डिलीट करके नवी फिल्म पा सकता, इन्हें कह देंगे जी सी डी आर डबल्यू। आर मतलब की है राजे रीड, तो डबल्यू का मतलब की है राइट, मैं डाटा रीड भी कर सकता तो राइट भी कर सकता, मतलब डाटा पा भी सकता वो, तो यह दोनों वेरियंट याद रखने ने, फुल फॉर्म भी पूछी जाती है। अगे गल करते हैं जी, कहिंदा शेप ऑफ सी डी राजे सर्कुलर शेप होंगी है, यह क्वेश्चन आया सीगा। अच्छा सी डी इनवेंट किने किया, बंदे का नाम है जी जेम्स रूसल, ठीक है जेम्स रूसल बंदा जिन्हें इन इनवेंट किया। अगे गल करते हैं जी डीवीडी की फुल फॉर्म बहुत पूछी जाती है, बच्चे की लिख के आते हैं डिजिटल वीडियो डिस्क, नहीं 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 गलत है, डिजिटल वर्सेटाइल डिस्क होंगे राजे, डिजिटल वर्सेटाइल डिस्क। सी डी तो ज्यादा कपैसिटी कि होंगी है, डीवीडी की होंगी है, हम सी डी के वो आप जिम्मे 700 MB डाटा स्टोर कर सकते हैं, 700 MB तो वो नहीं कर सकते गे। हम डीवीडी के आ गया राजे, GB के डाटा आ गया, आप जिम्मे 4.5 GB भी कर सकते हैं, मतलब अजकल तो कपैसिटी वो वाली भी आ गई, बस एक रफ जहा आइडिया याद रख लियो ठीक है। तो डीवीडी भी राजे उम्मीद डीवीडी रोम होंगे ठीक है, डिजिटल वर्सेटाइल डिस्क रीड ओनली मैमरी, डिजिटल वर्सेटाइल डिस्क रीड तो राइट दोनों सेम, जिम्मे सी डी सी उ डीवीडी आ गई, बस फुल फॉर्म याद रखनी है, कपैसिटी यदि वध गई है। अगे राजे एक ना नवी आ गई ब्लू रे डिस्क, ब्लू रे डिस्क क्यों वरती गई राजे, अजकल कहने ना कि मैं यार एच डी मूवी देखनी है, जब तुम यूट्यूब से देखते होंगे, जो 1.44 144 देखते हो, 256 देखते हो, 1024 देखते हो, जिनी जिनी पिक्सल वध करी जाओगे थोड़ा की क्लैरिटी ज्यादा मिली जाऊगी, इन्हू कह देंगे जी हाई डेफिनेशन। तो इस डीवीडी के सी डी के है कि तुम कोई हाई कपैसिटी का हाई लैवल का डाटा पाना है, जिसकी क्लैरिटी वध हो गई वास्ते वरती जाती है। हुण इहदा नाम ब्लू रे डिस्क क्यों रखा गया, क्योंकि यह पहली डिस्क है जिहदे विच जिहड़ी लेजर बीम लाइट है उहदा कलर रेड नहीं हैगा, उहदा कलर की हैगा राजे ब्लू है,
ਤਾਂ ਹੀ ਇਹਦਾ ਨਾਮ ਕੀ ਰੱਖਿਆ ਗਿਆ ਬਲੂ ਰੇ ਡਿਸਕ। ਠੀਕ ਹੈ, ਜਿਹੜੀ ਇਹਦੇ ਵਿੱਚ ਲੇਜ਼ਰ ਦੀ ਵਰਤੋਂ ਕੀਤੀ ਗਈ ਹੈ ਉਹ ਕੀ ਹੈ ਬਲੂ ਕਲਰ ਦੀ ਹੈ। ਠੀਕ ਹੈ ਜੀ, ਤੇ ਇਹਦੀ ਕਪੈਸਿਟੀ ਬਹੁਤ ਹੁੰਦੀ ਹੈ, 25 ਤੋਂ ਲੈ ਕੇ 50 ਜੀਬੀ ਤੱਕ ਹੋ ਸਕਦੀ ਹੈ। ਦੇਖੋ ਇਹ ਫਿਕਸ ਨਹੀਂ ਹੈਗਾਗਾ, ਇੱਕ ਰਫ ਜਿਹਾ ਆਈਡੀਆ ਹੈ ਬਸ, ਤੁਹਾਨੂੰ ਜਿੱਥੇ ਵੀ ਤੁਸੀਂ ਸਰਚ ਕਰੋਗੇ ਤੁਹਾਨੂੰ ਨਵਾਂ ਮਿਲੂਗਾ, ਤੇ ਕਦੇ ਪੁੱਛਿਆ ਵੀ ਨਹੀਂ ਜਾਂਦਾਗਾ। ਠੀਕ ਹੈ, ਕਦੇ ਪੁੱਛਿਆ ਨਹੀਂ ਜਾਂਦਾਗਾ, ਸਿਰਫ ਤੁਹਾਡੀ ਨੌਲੇਜ ਵਾਸਤੇ ਮੈਂ ਪਾਤਾ ਇਹ। ਅੱਗੇ ਅਗਰ ਅਜੇ ਸਮਾਰਟ ਕਾਰਡ, ਸਮਾਰਟ ਕਾਰਡ ਮੇਨਲੀ ਤੁਸੀਂ ਜਿੰਨੇ ਵੀ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੋਊਗਾ, ਡੈਬਿਟ ਕਾਰਡ ਹੋਊਗਾ, ਉਹਦੇ ਤੇ ਆ ਚਿਪ ਲੱਗੀ ਹੁੰਦੀ ਹੈ। ਠੀਕ ਹੈ ਜੀ, ਹੁਣ ਜਿਵੇਂ ਆਪਾਂ ਮੰਨ ਲਓ ਏਟੀਐਮ ਦੇ ਵਿੱਚ ਕਾਰਡ ਇਨਸਰਟ ਕਰਦੇ ਆ, ਆਪਣੀ ਇਨਫੋਰਮੇਸ਼ਨ ਨੂੰ ਕੀ ਕਰ ਦਿੰਦਾ, ਉਹ ਰੀਡ ਕਰਦਾ ਰਹਿੰਦਾ। ਠੀਕ ਹੈ, ਤੇ ਜਾਂ ਫਿਰ ਤੁਸੀਂ ਜਿਹੜੇ ਤੁਹਾਡੇ ਏਟੀਐਮ ਕਾਰਡ ਹੋਣਗੇ ਉਹਦੇ ਪਿੱਛੇ ਇੱਕ ਬਲੈਕ ਕਲਰ ਦੀ ਸਟ੍ਰਾਈਪ ਜੀ ਹੁੰਦੀ ਹੈ, ਹਨਾ, ਸਟ੍ਰਾਈਪ ਸਟ੍ਰਿਪ ਲੱਗੀ ਹੁੰਦੀ ਹੈ ਬਲੈਕ ਕਲਰ ਦੀ, ਉਹ ਤੇ ਕੀ ਹੁੰਦਾ ਆਪਣਾ ਡਾਟਾ ਕੀ ਹੈ ਸਟੋਰ ਹੁੰਦਾ, ਡਾਟਾ ਕੀ ਹੁੰਦਾ ਆਪਣਾ ਸਟੋਰ ਹੁੰਦਾ, ਜਿਹਨੂੰ ਏਟੀਐਮ ਕੀ ਕਰਦਾ ਰੀਡ ਕਰਦਾ। ਮੈਮਰੀ ਕਾਰਡ ਅੱਜ ਕੱਲ੍ਹ ਤਾਂ ਬੰਦ ਹੀ ਹੋ ਗਏ ਰਾਜੇ, ਕਿਉਂਕਿ ਇੰਨੀ ਮੈਮਰੀ ਇਨਬਿਲਟ ਆਉਣ ਲੱਗ ਗਈ। ਇਹ ਮੈਮਰੀ ਕਾਰਡ ਹੁੰਦੇ ਕਿ ਮੰਨ ਲਓ ਆਪਾਂ ਐਕਸਟਰਾ ਮੈਮਰੀ ਨੂੰ ਯੂਜ਼ ਕਰਨਾ, ਸੈਂਡ ਡਿਸਕ ਦਾ ਸਭ ਤੋਂ ਜ਼ਿਆਦਾ ਮਸ਼ਹੂਰ ਹੋਇਆ ਸੀਗਾ। ਠੀਕ ਹੈ, ਜਿਹਨੂੰ ਆਪਾਂ ਐਸਡੀ ਕਾਰਡ ਕਹਿ ਦਿੰਦੇ ਹਾਂ। ਅੱਗੇ ਅਗਰ ਰਾਜੇ ਯੂਐਸਬੀ, ਜਿੱਥੋਂ ਵਾਰ ਵਾਰ ਕੁਸ਼ਚਨ ਪੁੱਛਿਆ ਜਾਂਦਾ, ਪਹਿਲਾਂ ਤੇ ਫੁੱਲ ਫਾਰਮ ਯਾਦ ਰੱਖਣੀ ਹੈ ਰਾਜੇ, ਇਹਨੂੰ ਦੇਸੀ ਭਾਸ਼ਾ 'ਚ ਆਪਾਂ ਪੈਨ ਡਰਾਈਵ ਕਹਿ ਦਿੰਦੇ ਹਾਂ, ਪਿੰਡਾਂ 'ਚ ਚਿਪ ਵੀ ਕਹਿ ਦਿੰਦੇ ਆ। ਤਾਂ ਯੂਐਸਬੀ ਦੀ ਫੁੱਲ ਫਾਰਮ ਹੈਗੀ ਹੈ ਰਾਜੇ, ਯੂਨੀਵਰਸਲ ਸੀਰੀਅਲ ਬੱਸ, ਯੂਨੀਵਰਸਲ ਸੀਰੀਅਲ ਬੱਸ। ਹੁਣ ਬੱਸ ਦੀ ਗੱਲ ਮੈਂ ਤੁਹਾਨੂੰ ਦੱਸੂਗਾ, ਬੱਸ ਕਾਹਦੇ ਵਾਸਤੇ ਵਰਤੀ ਜਾਂਦੀ ਹੈ, ਟਰਾਂਸਪੋਰਟੇਸ਼ਨ ਵਾਸਤੇ ਵਰਤੀ ਜਾਂਦੀ ਹੈ। ਤੇ ਯੂਐਸਬੀ ਦੀ ਵਰਤੋਂ ਕਾਹਦੋਂ ਕੀਤੀ ਜਾਂਦੀ ਹੈ, ਡਾਟਾ ਨੂੰ ਮੂਵ ਕਰਾਉਣ ਵਾਸਤੇ ਇੱਕ ਲੋਕੇਸ਼ਨ ਤੋਂ ਦੂਜੀ ਲੋਕੇਸ਼ਨ ਦੇ ਵਿੱਚ। ਕਹਿਣ ਦਾ ਭਾਵ ਇਹ ਕੀ ਕੰਮ ਕਰਦੀ ਹੈ, ਮੂੰਹ ਥੱਕ ਗਿਆ, ਇਹ ਟਰਾਂਸਪੋਰਟੇਸ਼ਨ ਦਾ ਕੰਮ ਕਰਦੀ ਹੈ। ਠੀਕ ਹੈ, ਲਿਜਾਣ ਦਾ ਕੰਮ ਕਰਦੀ, ਜਿਵੇਂ ਬੱਸ ਸਵਾਰੀ ਨੂੰ ਚੱਕ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦੀ ਹੈ, ਉਵੇਂ ਡਾਟਾ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਮੂਵ ਕਰਾਉਣ ਵਾਸਤੇ ਵਰਤੀ ਜਾਂਦੀ ਹੈ। ਤਾਂ ਉਹਨੂੰ ਕੀ ਕਹਿ ਦਿੰਦੇ, ਯੂਨੀਵਰਸਲ ਸੀਰੀਅਲ ਬੱਸ ਕਹਿ ਦਿੰਦੇ ਆ। ਬਾਕੀ ਬੱਸ ਬਾਰੇ ਆਪਾਂ ਡਿਟੇਲ ਚ ਪੜਾਂਗੇ, ਕਿਹੜੀ ਕਿਹੜੀ ਬੱਸ ਹੁੰਦੀਆਂ ਨੇ, ਕੰਪਿਊਟਰ ਦੇ ਅੰਦਰ ਕੀ ਕੰਮ ਕਰਦੀਆਂ ਨੇ। ਠੀਕ ਹੈ ਜੀ, ਯੂਐਸਬੀ ਦੀ ਫੁੱਲ ਫਾਰਮ ਯਾਦ ਰੱਖਣੀ ਹੈ ਰਾਜੇ। ਤੇ ਇੱਕ ਗੱਲ ਯਾਦ ਰੱਖਣੀ ਹੈ, ਕਿਹੜੀ ਮੈਮਰੀ ਹੁੰਦੀ ਹੈ, ਫਲੈਸ਼ ਮੈਮਰੀ ਹੁੰਦੀ ਹੈ। ਹੁਣ ਫਲੈਸ਼ ਮੈਮਰੀ ਕਿਹੜੀ ਹੋਗੀ, ਜਿਵੇਂ ਮੈਂ ਤੁਹਾਨੂੰ ਇੱਕ ਦੱਸਿਆ ਕਿ ਮੈਗਨੈਟਿਕ ਹੋਗੀ, ਆਪਟੀਕਲ ਹੋਗੀ। ਫਲੈਸ਼ ਉਹਦਾ ਐਡਵਾਂਸ ਵਰਜ਼ਨ ਹੋ ਗਿਆ, ਜਿਹੜੀ ਕਿ ਫਾਸਟ ਮੈਮਰੀ ਹੁੰਦੀ ਹੈ, ਡਾਟਾ ਨੂੰ ਫਾਸਟਲੀ ਮੂਵ ਕਰਾਉਂਦੀ ਹੈ। ਠੀਕ ਹੈ ਜੀ, ਜਿਵੇਂ ਹੁਣ ਨਵੀਂ ਆਈ ਹੈ ਨਾ ਸੋਲਿਡ ਸਟੇਟ ਡਰਾਈਵ, ਉਹ ਵੀ ਕੀ ਹੈ, ਤੁਹਾਡੀ ਇੱਕ ਫਲੈਸ਼ ਮੈਮਰੀ ਹੈ। ਤੇ ਆਹ ਫੁੱਲ ਫਾਰਮ ਯਾਦ ਰੱਖ ਲਿਓ ਬੇਟੇ, ਇੱਥੇ ਕੁਸ਼ਚਨ ਆਉਣਾ ਹੁੰਦਾ ਯੂਨੀਵਰਸਲ ਸੀਰੀਅਲ ਬੱਸ। ਤੇ ਯੂਐਸਬੀ ਦੇ ਅੱਗੇ ਵੀ ਵੇਰੀਐਂਟ ਆਉਣ ਲੱਗ ਗਏ, ਜਿਵੇਂ ਯੂਐਸਬੀ 1.0, 2.0, 3.0। ਇਹ ਸਿਰਫ ਇਹ ਕਾਰਨ ਹੈਗਾ ਕਿ ਇਹ ਸਪੀਡ ਇਹਦੀ ਵੱਧ ਜਾਂਦੀ ਹੈ, ਇਹ ਡਾਟਾ ਜਿਵੇਂ 12 ਮੈਗਾ ਬੈਟਸ ਪਰ ਸੈਕਿੰਡ ਦੇ ਵਿੱਚ ਮੂਵ ਕਰਾਉਂਦੀ ਹੈ। ਠੀਕ ਹੈ, ਉਹ ਵੱਧ ਕਰਾਉਂਦੀ ਹੈ, ਜਿਵੇਂ ਇਹ ਇਸ ਜੀਬੀ ਦੇ ਵਿੱਚ ਆ ਜਾਂਦੀ ਹੈ। ਬਸ ਇਹ ਕਰਨ ਦੀ ਵੈਸੇ ਜ਼ਰੂਰਤ ਨਹੀਂ ਹੈਗੀ, ਇਹਨੂੰ ਕ੍ਰੋਸ ਕਰ ਦਿਓ, ਵੈਸੇ ਥੋੜੀ ਨੌਲੇਜ ਵਾਸਤੇ ਮੈਂ ਦੱਸਤਾ। ਠੀਕ ਹੈ ਜੀ, ਤੇ ਆਹ ਹੈਗਾ ਜੀ ਇੱਕ ਕੁਸ਼ਚਨ। ਹੁਣ ਜਿਹੜੀ ਅਗਲੀ ਵੀਡੀਓ ਆਊਗੀ, ਪਾਰਟ 2 ਆਊਗਾ ਕੰਪਿਊਟਰ ਮੈਮਰੀ ਦਾ, ਜਿਹਦੇ ਵਿੱਚ ਮੈਂ ਕਰਾਊਂਗਾ ਤੁਹਾਨੂੰ ਰਜਿਸਟਰ, ਜਿਹੜੇ ਕਿ ਸਬ ਇੰਸਪੈਕਟਰ ਦੇ ਵਿੱਚ ਬਹੁਤ ਪੁੱਛਿਆ ਗਿਆ, ਤੇ ਤੁਹਾਡੇ ਕੋਈ ਨਾ ਕੋਈ ਪੇਪਰ ਦੇ ਵਿੱਚ ਪੱਕਾ ਪੁੱਛਿਆ ਜਾਂਦਾ, ਚਾਹੇ ਪੀਟਰ ਪਲੱਸ ਬੋਰਡ ਦਾ ਪੇਪਰ ਹੋਵੇ, ਕੋਈ ਵੀ ਹੋਵੇ, ਰਜਿਸਟਰ ਬਾਰੇ ਜ਼ਰੂਰ ਇੱਕ ਕੁਸ਼ਚਨ ਆਉਂਦਾ ਹੁੰਦਾ। ਸਭ ਤੋਂ ਜਿਹੜੀ ਫਾਸਟੈਸਟ ਮੈਮਰੀ ਹੁੰਦੀ ਹੈ ਰਾਜੇ, ਉਹ ਕਿਹੜੀ ਹੁੰਦੀ ਹੈ, ਰਜਿਸਟਰ ਹੀ ਹੁੰਦਾ। ਠੀਕ ਹੈ, ਤਾਂ ਕਿਹੜੇ ਕਿਹੜੇ ਰਜਿਸਟਰ ਹੁੰਦੇ ਆ, ਉਹਨਾਂ ਦਾ ਕੀ ਕੰਮ ਹੁੰਦਾ, ਕੈਸ਼ ਮੈਮਰੀ ਕੀ ਚੀਜ਼ ਹੁੰਦੀ ਹੈ, ਇਹ ਆਪਾਂ ਨੈਕਸਟ ਵੀਡੀਓ 'ਚ ਕਰਾਂਗੇ ਕੱਲ, ਤੇ ਸ਼ਾਮ ਨੂੰ ਵੀਡੀਓ ਪਾਵਾਂਗੇ ਆਪਾਂ ਨੈਕਸਟ ਆਪਣੇ ਕਲਰਕ ਆਈਟੀ ਦੀ। ਠੀਕ ਹੈ ਜੀ, ਤੇ ਇਹ ਆਪਾਂ ਮੈਮਰੀ ਹਰੈਰੀਕਲ ਵੀ ਕਰਨਾ ਹੈ, ਵੀ ਮੈਮਰੀ ਹਰੈਰੀਕਲ ਦੇ ਵਿੱਚ ਕਿਹੜੀ ਮੈਮਰੀ ਟੌਪ ਤੇ ਆ, ਕਿਹੜੀ ਥੱਲੇ ਆ, ਇਹ ਸਭ ਕੁਝ ਪੜਾਂਗੇ ਆਪਾਂ ਕੱਲ। ਠੀਕ ਹੈ ਜੀ, ਤੇ ਤੁਸੀਂ ਮੈਨੂੰ ਕੀ ਕਰਨਾ ਰਾਜੇ, ਕਹਿੰਦਾ ਵਿੱਚ ਆਫ ਦਾ ਫੋਲੋਇੰਗ ਕੰਪੋਨੈਂਟ ਇਜ਼ ਦੇ ਰੀਡ ਓਨਲੀ, ਤੁਸੀਂ ਮੈਨੂੰ ਆਨਸਰ ਕਰਨਾ ਵੀ ਹੇਠ ਲਿਖਿਆਂ ਵਿੱਚੋਂ ਕਿਹੜਾ ਓਨਲੀ ਜਿਹਨੂੰ ਆਪਾਂ ਰੀਡ ਕਰ ਸਕਦੇ ਹਾਂ। ਠੀਕ ਹੈ, ਜਿਹਦੇ ਵਿੱਚ ਆਪਾਂ ਡਾਟਾ ਰਾਈਟ ਨਹੀਂ ਕਰ ਸਕਦੇ ਗੇ, ਤੁਸੀਂ ਮੈਨੂੰ ਆਨਸਰ ਕਰ ਸਕਦੇ ਹੋ। ਤੇ ਆਈ ਹੋਪ ਤੁਹਾਨੂੰ ਵੀਡੀਓ ਬਹੁਤ ਪਸੰਦ ਆਈ ਹੋਊਗੀ, ਕਾਫੀ ਇਨਫੋਰਮੇਟਿਵ ਰਹੀ ਹੋਊਗੀ, ਕੁਛ ਨਵੀਆਂ ਗੱਲਾਂ ਸਿੱਖਣ ਨੂੰ ਵੀ ਮਿਲੀਆਂ ਹੋਣਗੀਆਂ। ਜਿਹੜੇ ਕਹਿ ਰਹੇ ਨੇ ਕਿ ਪੁਰਾਣੀ ਪਲੇਲਿਸਟ ਦੇਖੀ ਹੈ, ਨਵੀਂ ਨਾ ਦੇਖੀਏ, ਤਾਂ ਰਾਜੇ ਨਵੀਂ ਦੇਖਣੀ ਹੀ ਪਊਗੀ, ਕਿਉਂਕਿ ਪਤਾ ਨਹੀਂ ਹੈਗਾ ਵੀ ਕਿਸ ਲੈਵਲ ਦਾ ਪੇਪਰ ਆ ਸਕਦਾ, ਕਿਉਂਕਿ ਡੇ ਬਾਏ ਡੇ ਕੀ ਆ ਪੇਪਰ ਦਾ ਲੈਵਲ ਵੱਧਦਾ ਜਾ ਰਿਹਾ। ਤਾਂ ਦੇਖੋ ਜੇ ਤੁਸੀਂ ਟਾਈਮ ਕੱਢ ਕੇ ਦੇਖ ਲਓਗੇ ਤਾਂ ਤੁਹਾਡਾ ਹੀ ਫਾਇਦਾ ਹੋਊਗਾ। ਤੇ ਮਿਲਦੇ ਹਾਂ ਬੇਟੇ ਇੱਕ ਨਵੀਂ ਵੀਡੀਓ ਦੇ ਨਾਲ, ਤਦ ਤੱਕ ਵਾਸਤੇ ਧੰਨਵਾਦ। ਤੇ ਜਾਣ ਤੋਂ ਪਹਿਲਾਂ ਮੈਂ ਇੱਕ ਇਨਫੋਰਮੇਸ਼ਨ ਦੇ ਦੇਵਾਂ, ਵੈਸੇ ਮੈਂ ਦੱਸ ਚੁੱਕਿਆ ਸਭ ਨੂੰ ਪਤਾ ਵੀ ਹੈ, ਕਲਰਕ ਵਾਸਤੇ ਤੇ ਕਲਰਕ ਅਕਾਊਂਟ ਵਾਸਤੇ ਰਾਜੇ ਕੰਪਿਊਟਰ ਦੇ ਜੇ ਤੁਸੀਂ ਨੋਟਸ ਲੈਣੇ ਆ, ਉਹਦਾ ਪ੍ਰਾਈਸ ਹੈਗਾ 300 ਰੁਪਏ, ਲੈਸ ਕਰਕੇ ਕਹਿ ਰਿਹਾ, ਕਿਉਂਕਿ ਇਹ ਸਾਰਾ ਮਟੀਰੀਅਲ ਤੁਹਾਡਾ 500 ਰੁਪਏ ਤੋਂ ਪਲੱਸ ਸੀਗਾ, ਹੁਣ ਜਿਹੜਾ ਮੈਂ ਲੈਸ ਕੀਤਾ ਹੋਇਆ, ਇਹਦੇ ਨਾਲ 250 ਰੁਪਏ ਦੀ ਪੀਡੀਐਫ ਫ੍ਰੀ ਮਿਲਦੀ ਹੈ, ਜਿਹਦੇ ਵਿੱਚ ਲਗਭਗ ਤੁਹਾਡੇ ਟੋਟਲ ਕਿੰਨੇ ਹੋ ਜਾਣਗੇ, 1000+ ਕੁਐਸਚਨ ਹੋ ਜਾਊਗਾ ਇੰਗਲਿਸ਼ ਪੰਜਾਬੀ ਮੀਡੀਅਮ ਦੇ ਵਿੱਚ, ਤੁਸੀਂ ਲੈ ਸਕਦੇ ਹੋ। ਲੈਣ ਵਾਸਤੇ ਤੁਹਾਨੂੰ ਕੀ ਕਰਨਾ ਪਊਗਾ, ਵਟਸਐਪ ਕਰਨਾ ਪਊਗਾ ਇਸ ਨੰਬਰ ਦੇ ਉੱਪਰ 8422775203, ਸਿਰਫ ਵਟਸਐਪ ਕਰਨਾ ਤੁਹਾਨੂੰ ਮਿਲ ਜਾਊਗਾ। ਬਾਕੀ ਕਲਰਕ ਆਈਟੀ ਵਾਲੇ ਵੇਟ ਕਰ ਲਓ ਰਾਜੇ, ਪੰਜਾਬ ਜੀਕੇ ਵਾਲੇ ਵੀ ਵੇਟ ਕਰ ਲਓ, ਉਹਦੇ ਵੀ ਬਣ ਜਾਣਗੇ ਐਮਸੀਕਿਊ, ਜਦੋਂ ਬਣ ਗਏ ਤੁਹਾਡੇ ਨਾਲ ਆਪਾਂ ਸ਼ੇਅਰ ਕਰ ਦਾਂਗੇ ਵੀਡੀਓਜ਼। ਤਦ ਤੱਕ ਵਾਸਤੇ ਤੁਸੀਂ ਥਿਊਰੀ ਦੇਖੋ, ਥਿਊਰੀ ਮਸਟ ਹੈ, ਮੈਂ ਵਾਰ ਵਾਰ ਕਹਿ ਰਿਹਾ, ਫ੍ਰੀ ਦੇ ਵਿੱਚ ਸਭ ਕੁਝ ਚੱਲ ਰਿਹਾ, ਇਹਨੂੰ ਜ਼ਰੂਰ ਦੇਖਿਓ।